ਭੈਣ ਤੇਰੀ ਨਹੀਂ ਆਈ ਕਦੇ, ਭਰਜਾਈ ਤੇਰੀ ਨਹੀਂ ਕਦੇ ਆਈ, ਭਾਈ ਮੈਂ ਤਾਂ ਆਪਣੀਆਂ ਭੈਣਾਂ ਨਾਲ ਵਰਤੂੰਗੀ, ਮੈਨੂੰ ਨਾ ਤੋੜੋ ਉਹਨਾਂ ਨਾਲ। ਮੇਰੀ ਗੱਲ ਸੁਣ ਲੈ, ਜੇ ਟਿੱਕੇ ਬੈਠਣੇ ਤੇ ਬਹਿ ਜਾ, ਨਹੀਂ ਦੋ ਮਾਰੂ ਚਟਾ ਕੇ ਮੂੰਹ ਤੇ। ਕੀ ਹੋ ਗਿਆ ਭਾਬੀ? ਕਿਉਂ ਮੇਰੀ ਭੈਣ ਤੇ ਉਹ ਕਰੀ ਜਾਂਦੇ ਤੂੰ ਪੁੱਠੇ ਸਿੱਧੇ ਹਰਕਤਾਂ? ਇੱਥੇ ਨਾ ਸਿਰਫ ਮੈਂ ਆਪਣੀ ਭੈਣ ਕਰਕੇ ਆਈ ਆ, ਆ ਕੰਮ ਕਰਨ ਨਹੀਂ ਆਈ। ਚਲ ਆ ਜਾ। ਡਾਕਟਰ ਨੇ ਕਿਹਾ ਤੈਨੂੰ ਰੈਸਟ, ਠੀਕ ਹੈ, ਹੁਣ ਕੰਮ ਕੁੰਮ ਨਾ ਕਰੀ ਬਹੁਤਾ, ਕੰਮ ਮੰਮੀ ਆਪੇ ਕਰ ਲੂਗੀ। ਚੱਲ ਆਜਾ ਆਰਾਮ ਨਾਲ, ਹੁਣ ਦਵਾਈ ਵੀ ਆਪਦੀ ਟਾਈਮ ਨਾਲ ਲੈ ਲਿਆ ਕਰ, ਠੀਕ ਹੈ, ਇੱਥੇ ਬੈਠ ਜਾ, ਠੀਕ ਹੈ। ਡਾਕਟਰ ਨੇ ਕਿਹਾ ਗਾ ਵੀ ਤੇਰੀ ਆਹ ਬਲਗਮ ਜੀ ਕਈ ਦਿਨ ਬਾਅਦ ਜਾਊਗੀ, ਦਵਾਈ ਲਈ ਟਾਈਮ ਸਿਰ ਤੇ ਰੈਸਟ ਕਰ ਲਈ ਹੁਣ, ਠੀਕ ਹੈ, ਕੰਮ ਮੰਮੀ ਆਪੇ ਕਰ ਲਿਆ ਕਰੂਗੀ, ਠੀਕ ਹੈ, ਤੂੰ ਬੈਠ, ਮੈਂ ਪਾਣੀ ਲੈ ਕੇ ਆਇਆ ਨਾਲ ਦਵਾਈ ਲੈ ਲਈ ਤੂੰ। ਮੈਂ ਨਾ ਪਾਣੀ 'ਚ ਲੂਣ ਪਾਇਆ ਹੋਇਆ ਅਤੇ ਥੋੜ੍ਹਾ ਜਿਹਾ ਕੋਸਾ ਕਰਿਆ ਹੋਇਆ ਸੀ, ਇਹ 15 ਕੁ ਮਿੰਟ ਬਾਅਦ ਦਵਾਈ ਲੈ ਲਈ, ਹੁਣ ਤੂੰ ਆਰਾਮ ਕਰ ਲੈ, ਠੀਕ ਹੈ। ਓਹੋ, ਮੈਂ ਨਾ ਰੋਟੀ ਬਣਾ ਦਾ ਤੁਹਾਡੇ ਲਈ, ਤੁਸੀਂ ਨਾ ਸਵੇਰ ਦਾ ਕੁਛ ਨਹੀਂ ਖਾਇਆ ਹੈਗਾ। ਉਹ ਮੈਂ ਖਾ ਲੂੰਗਾ ਆਪੇ, ਤੂੰ ਫੇਰ ਰੋਟੀ ਰੋਟੀ ਕਰਨ ਲੱਗ ਗਈ, ਤੈਨੂੰ ਹੁਣ ਕਹਿ ਕੇ ਹਟੇ ਵੀ ਆਰਾਮ ਕਰ ਲੈ, ਤੈਨੂੰ ਆਰਾਮ ਦੀ ਲੋੜ ਹੈਗੀ, ਰੋਟੀ ਮੰਮੀ ਬਣਾ ਦੂਗੀ, ਕੋਈ ਚੱਕਰ ਨਹੀਂ। ਆ ਗਏ ਦਵਾਈ ਲੈ ਕੇ? ਚੱਲ ਚੰਗਾ, ਕਿੰਨੀ ਬਹਾਨੇ ਖਬਰ ਆ, ਦੱਸ ਕਿੰਨੇ ਡਰਾਮੇ ਕਰਦੀ ਹੈ। ਕੋਈ ਨਾ, ਮੈਂ ਵੀ ਤੁਹਾਨੂੰ ਦਿੰਦੀ ਹਾਂ ਕੰਮ ਕਰਕੇ। ਮੰਮੀ ਦਾ ਪਤਾ ਤਾਂ ਹੈਗਾ ਜੀ ਤੁਹਾਨੂੰ, ਮੰਮੀ ਨੇ ਕਿੱਥੇ ਕੰਮ ਕਰਕੇ ਦੇਣਾ। ਜੇ ਮੰਮੀ ਨਾਲ ਗੱਲ ਕਰੂੰਗਾ ਮੰਮੀ ਕੰਮ ਕਰ ਲੂਗੀ, ਚੱਲ ਨਾਲੇ ਉਹਨੂੰ ਪਤਾ ਵੀ ਮੇਰੀ ਨੂੰਹ ਬਿਮਾਰ ਹੈਗੀ, ਉਹ ਕੰਮ ਨੂੰ ਮਨਾ ਨਹੀਂ ਕਰਦੀ, ਟੈਨਸ਼ਨ ਨਾ ਤੁਲੇ, ਮੈਂ ਆਪੇ ਗੱਲ ਕਰ ਲੂੰਗਾ। ਗੁਰਿੰਦਰ ਆ ਗਏ ਪੁੱਤ? ਹਾਂ ਮੰਮੀ ਆ ਗਿਆ ਮੈਂ ਤਾਂ। ਚੱਲ ਚੰਗਾ ਕਰਿਆ ਤੁਸੀਂ ਆ ਗਏ, ਮੈਂ ਤਾਂ ਤੁਹਾਨੂੰ ਡੀ ਕੇ ਰਹੀ ਤੀ। ਗੁਰਿੰਦਰ ਮੈਂ ਤਾਂ ਪੁੱਤ ਇੱਕ ਤੁਹਾਡੇ ਨਾਲ ਗੱਲ ਕਰਨੀ ਤੀ। ਹਾਂ ਮੰਮੀ। ਪੁੱਤ ਤੇਰੀ ਮਾਸੀ ਦਾ ਫੋਨ ਆ ਕੇ ਹਟਿਆ, ਉਹਨਾਂ ਨੇ ਪਾਠ ਕਰਾਉਣਾ, ਉਹ ਕਹਿੰਦੀ ਭੈਣ ਤੂੰ 4 ਦਿਨ ਆ ਜਾ ਮੇਰੇ ਕੋਲ, ਉਹਦਾ ਕਹਿੰਦੀ ਮੈਨੂੰ ਪਹਿਲਾਂ ਆ ਤੂੰ, ਮੈਨੂੰ ਤਾਂ ਪੁੱਤ ਜਾਣਾ ਪਊਗਾ। ਮੰਮੀ ਅਸੀਂ ਤਾਂ ਹੋਰ ਸਲਾਹ ਕਰੀ ਬੈਠੇ ਸੀ। ਕੀ ਸਲਾਹ ਕਰੀ ਬੈਠੇ ਪੁੱਤ ਤੁਸੀਂ? ਉਹ ਮੰਮੀ ਇਹ ਬਿਮਾਰ ਸੀ ਨਾ, ਡਾਕਟਰ ਕੋਲ ਗਏ ਸੀ ਅਸੀਂ, ਡਾਕਟਰ ਕਹਿੰਦਾ ਵੀ ਛਾਤੀ 'ਚ ਬਲਗਮ ਹੈਗੀ, ਵੀ ਹਫ਼ਤਾ 10 ਦਿਨ ਆਰਾਮ ਕਰਨਾ ਪੈਣਾ। ਉਹ ਚੱਲ ਕੋਈ ਨਾ, ਇੰਨੀਆਂ ਤਾਂ ਛੋਟੀਆਂ ਮੋਟੀਆਂ ਬਿਮਾਰੀਆਂ ਹੁੰਦੀਆਂ ਹੀ ਰਹਿੰਦੀਆਂ ਨੇ, ਬਥੇਰੀ ਠੀਕ ਹੋ ਜੂ, ਕੋਈ ਨਾ, ਡਾਕਟਰਾਂ ਦਾ ਕੀ ਹੈ, ਨਾਲੇ ਉਹ ਤਾਂ ਐਵੇਂ ਹੀ ਕਹਿ ਦਿੰਦੇ ਨੇ ਮਾੜੇ ਜਿਹੇ ਬੁਖਾਰ ਨੂੰ ਦੇਖ ਕੇ ਰੈਸਟ ਕਰੋ ਰੈਸਟ ਕਰੋ, ਕੁਛ ਨਹੀਂ ਹੁੰਦਾ, ਹੋ ਜੂਗੀ ਬਥੇਰੀ ਠੀਕ 2-1 ਦਿਨ ਤੱਕ। ਉਹ ਨਹੀਂ ਮੰਮੀ ਬਲਗਮ ਜ਼ਿਆਦਾ ਗੀ, ਮਾਸੀ ਨਾਲ ਮੈਂ ਗੱਲ ਕਰ ਲੈਂਦਾ, ਮੈਂ ਮਾਸੀ ਨੂੰ ਕਹਿ ਦਿੰਦਾ ਵੀ ਘਰੇ ਆਹ ਦਿੱਕਤ ਹੈਗੀ। ਲੈ ਪੁੱਤ ਮੈਂ ਉਹਦੇ ਨਾਲ ਗੱਲ ਕਰਕੇ ਉਹਨੂੰ ਮੈਂ ਕਹਿਤਾ ਵੀ ਭੈਣੇ ਕੋਈ ਨਾ ਤੂੰ ਫਿਕਰ ਨਾ ਕਰ, ਮੈਂ ਆ ਜੂੰਗੀ, ਨਾਲੇ ਕਿੰਨੇ ਦੁੱਖ ਸੁੱਖ 'ਚ ਤਾਂ ਤੇਰੀ ਮਾਸੀ ਆਪਣੇ ਕੰਮ ਆਉਂਦੀ ਹੈ, ਭਾਈ ਮੈਂ ਨਹੀਂ ਉਹਨੂੰ ਜਵਾਬ ਦੇ ਸਕਦੀ, ਮੈਨੂੰ ਤਾਂ ਜਾਣਾ ਪਊਗਾ ਜ਼ਰੂਰੀ। ਚੱਲ ਆਪ ਦੇ ਘਰੇ ਵੀ ਪ੍ਰੋਬਲਮ ਹੈ ਮੰਮੀ, ਹੁਣ ਇਹਨਾਂ ਦਾ ਮਾਸੀ ਨੂੰ ਵੀ ਸਮਝ ਹੈਗੀ ਵੀ ਕੋਈ ਨਾ ਹੋ ਜੂਗੀ ਠੀਕ ਬਥੇਰੀ, ਇਹ ਕੋਈ ਜ਼ਿਆਦਾ ਬੜੀ ਬਿਮਾਰੀ ਨਹੀਂ ਹੈਗੀ। ਮੰਮੀ ਤੁਸੀਂ ਟਾਈਮ 'ਤੇ ਵਗ ਜਿਓ, ਥੋੜ੍ਹੇ ਦਿਨ ਤਾਂ ਰੁਕ ਜਿਓ। ਲੈ ਕਰਮਜੀਤ ਤੂੰ ਦੇਖੀ ਐਂ ਕਾਹਤੋਂ ਕਹਿਣੀ ਹੈ, ਤੂੰ ਐਂ ਤਾਂ ਕੀ ਕਹਿਣਾ ਸੀ ਵੀ ਮੰਮੀ ਜਾ ਕੋਈ ਨਾ ਮੈਂ ਘਰ ਸਾਂਭ ਲੂੰਗੀ, ਨਾਲੇ ਤੈਨੂੰ ਵੀ ਪਤਾ ਹੀ ਹੈ ਜਦ ਹਸਪਤਾਲ 'ਚ ਤੇ ਤੇਰੀ ਮਾਸੀ ਕਿੰਨੇ ਗੇੜੇ ਲਾਉਂਦੀ ਰਹੀ ਆ ਵਿਚਾਰੀ, ਨਾਲੇ ਤੂੰ ਐਂ ਦੇਖ ਤੇਰਾ ਆਪਣਾ ਤਾਂ ਕੋਈ ਨਹੀਂ ਆਉਂਦਾ, ਭੈਣ ਤੇਰੀ ਨਹੀਂ ਆਈ ਕਦੇ, ਭਰਜਾਈ ਤੇਰੀ ਨਹੀਂ ਕਦੇ ਆਈ, ਭਾਈ ਮੈਂ ਤਾਂ ਆਪਣੀਆਂ ਭੈਣਾਂ ਨਾਲ ਵਰਤੂੰਗੀ, ਮੈਨੂੰ ਨਾ ਤੋੜੋ ਉਹਨਾਂ ਨਾਲ, ਨਾਲੇ ਮੈਨੂੰ ਨਹੀਂ ਸਰਦਾ ਉਹਨਾਂ ਤੋਂ ਬਿਨਾਂ। ਉਹ ਮੰਮੀ ਤੁਸੀਂ ਕਹਿੰਦੇ ਕੋਈ ਆਉਂਦਾ ਨਹੀਂ ਹੈ, ਸਾਰੇ ਕਬੀਲਦਾਰੀ 'ਚ ਹੈਗੇ, 2 ਸਾਡੂ ਤਾਂ ਮੇਰੇ ਫੌਜੀ ਹੈ, ਇੱਕ ਬਾਹਰ ਗਿਆ ਹੋਇਆਗਾ, ਉਹ ਕਿੱਥੇ ਕਿਹਨੂੰ ਛੱਡ ਕੇ ਆਜੂ, ਘਰ ਪਿੱਛੇ ਨਿਆਣੇ ਇਕੱਲੇ ਹੈਗੇ। ਵੀ ਮੈਂ ਜਾਣਦੀ ਹਾਂ ਪੁੱਤ, ਕੋਈ ਨਾ ਹੋ ਜੂਗੀ ਠੀਕ, ਇੰਨੀ ਕੋਈ ਜ਼ਿਆਦਾ ਬੜੀ ਬਿਮਾਰੀ ਨਹੀਂ ਹੈਗੀ, ਤੁਸੀਂ ਕਾਹਨੂੰ ਐਵੇਂ ਕਰਦੇ ਹੋ, ਅੱਜ ਤਾਂ ਨਹੀਂ ਜਾਣਾ ਹੈਗਾ ਮੈਂ, ਕੱਲ੍ਹ ਨੂੰ ਵਗ ਜੂੰਗੀ, ਨਾਲੇ ਅੱਜ ਦਾ ਰੋਟੀ ਟੁੱਕ ਤਾਂ ਹੁਣ ਕਰ ਦੂੰਗੀ, ਭਾਈ ਔਖੀ ਸੌਖੀ ਸਵੇਰ ਦਾ ਵੀ ਕਰ ਜੂੰਗੀ, ਇੰਨੇ ਠੀਕ ਹੋ ਜੂਗੀ, ਐ ਨਹੀਂ ਮੈਂ ਰਿਸ਼ਤੇਦਾਰਾਂ ਤੋਂ ਟੁੱਟਦੀ ਭਾਈ। ਹੋਰ ਇਹ ਮੰਮੀ ਰਹਿਣ ਦਿਓ ਜੀ, ਮੰਮੀ ਹੁਣ ਸੁਣਦੇ ਤਾਂ ਹੈ ਨਹੀਂ ਗੇ, ਮੈਂ ਆਪੇ ਸਾਰ ਲੂੰਗੀ। ਉਹ ਮੰਮੀ ਨੂੰ ਵੀ ਦੱਸ ਹੁਣ ਕਿਆ ਕਹਾਂ ਵੀ 4 ਦਿਨ ਕਢਾ ਦੇ, ਮਾਸੀ ਦਾ ਪਾਠ ਜ਼ਰੂਰੀ ਹੋ ਗਿਆ, ਜਿਹੜੀ ਘਰੇ ਬਿਪਤਾ ਆਈ ਵੀ ਹੈਗੀ, ਜਿਹੜੀ ਛਿੜੀ ਹੋਈ ਹੈ ਉਹਦਾ ਨਹੀਂ ਮੰਮੀ ਨੂੰ ਪਤਾ ਹੈਗਾ, ਦੱਸ। ਮੇਰੀ ਗੱਲ ਸੁਣੋ ਜੀ, ਮੈਂ ਆਪੇ ਕਰ ਲੂੰਗੀ ਹੌਲੀ ਹੌਲੀ ਸਾਰਾ ਕੰਮ। ਤੂੰ ਕਿੱਥੋਂ ਕਰ ਲੇਂਗੀ, ਡਾਕਟਰ ਨੇ ਮਨਾ ਕਰਿਆ ਹੋਇਆਗਾ, ਤੂੰ ਹੋਰ ਬਿਮਾਰ ਹੋ ਜਾਏਗੀ, ਮੰਮੀ ਨੂੰ ਉਸ ਗੱਲ ਦਾ ਕੀ ਪਤਾ ਹੈਗਾ, ਇਨਕਾ ਟਾਈਮ ਹੋਰ ਤਾਂ ਹੁਣ ਸਾਡਾ ਟਾਈਮ ਹੋਰ ਹੈਗਾ, ਉਹ ਗੱਲਾਂ ਥੋੜ੍ਹਾ ਰਹਿ ਗਈਆਂ ਹੁਣ। ਚੱਲ ਤੂੰ ਕੋਈ ਨਹੀਂ, ਮੈਂ ਸਾਰ ਲੈਂਦਾ 5-4 ਦਿਨ ਕਿਤੇ ਨਹੀਂ ਯਾਰ, ਰੋਟੀ ਬਣਾਉਣ 'ਚ ਮੈਂ ਉਹਨੂੰ ਰਾਣੂ ਨੂੰ ਬੁਲਾ ਲਈਏ। ਰਾਣੋ ਪੜ੍ਹਾਈ ਨਹੀਂ ਖਰਾਬ ਹੋ ਗਈ ਉਹਦੀ,
ओदे पेपर हो गए जी हुण तां थोड़े दिन लंघा जूगी मेरे मम्मी नूं जाण दो हुण मम्मी नूं ना कहो तुसीं पिछे ते फिर थोड़ी मम्मी दा की हाल होगा मेरी मम्मी दा आपी सार लो जी मैं मम्मी नाल गल कर लूंगी नाले राणू नाल चल फिर पुछ ली राणू नूं फिर ऐ कर राणू नूं हुणी पुछ लै तैयारी व्यारी कर लूगी सवेरे मैं अड्डे तो लियाऊंगा जाके उन्हें मम्मी ने चली जाना सवेरे चलो ठीक है जी मैं गल करती हूँ तू गल कर है चल ठीक है मैं जाके आना मुड़ा कि आओ अकल आपे ठिकाने किन्ने दस टक भंज कर करके दिखाई है मम्मी तुम ऐ करे मम्मी कल जाया फिर मासी कोई ना पुत जाए आऊंगे पर मैं ना फोन करता इहदी भैण नूं राणू नूं फोन करता सी अच्छा ओह आ जूगी फिर कल कढ़ा दूगी टाइम साडा अच्छा राणू आ जूगी हां राणू आऊगी अच्छा ये तो चल फिर किन्ने क दिन रह जूगी कहंदी जब तक मम्मी थोड़ा उधर भोगदा निबड़दा नहीं हैगा वह जब तक इत्थे रहूगी फिर थोड़े आए तो फिर वह जाऊगी फिर पुत्तों की पढ़ाई पढ़ूगी नहीं खराब होगी है मम्मी आपे सार लूगी ओहदी टेंशन हैगी हुण अपने घर दा सार जूगा थोड़ा जिहा तां थोड़ा भी जाना हो जूगा मासी नहीं गुस्सा करूगी अच्छा ठीक है हुण तुसीं सवेरे टाइम नाल तैयार हो जाइओ फिर मैं तुहानूं छड्डे आऊंगा सिर ही छड्डे आऊंगा ठीक है चल ठीक है पुत्त जे तां अपनी साली नूं कहता हाँ मम्मी हो जाइओ तैयार बुला लवे अपनी भैण नूं बुला लवे भैण नूं बुला लवे चल भांडे तां चक्के चक्कण ही ने मैनूं तां आप तां बैठी है महाराणी ਤਿਆਰ ਹੋਈ ਬੈਠੀ ਹੈਗੀ ਪੁੱਤ ਮੈਂ ਤਾਂ ਫਿਰ ਹੁਣ ਦੋ ਕੁ ਦਿਨਾਂ ਨੂੰ ਜਾਊਂਗੀ ਤੂੰ ਰਾਣੂ ਨੂੰ ਲਿਆ ਆ ਜੂਗੀ ਸੰਕ ਤੇ ਇੱਥੇ ਨਾਲੇ ਆਪਣੀ ਭੈਣ ਨੂੰ ਸਾਂਭੋਗੀ ਨਾਲੇ ਕੰਮ ਕਾਰ ਦੀ ਸਿਖਾਲਾ ਹੋ ਜੂਗਾ ਚਲੋ ਫਿਰ ਤੁਸੀਂ ਪਰਸੋਂ ਨੂੰ ਜਾਓਗੇ ਹੈ ਹੋਰ ਮੈਂ ਤਾਂ ਪੁੱਤ ਹਜੇ ਠਹਿਰ ਕੇ ਜਾਊਂਗੀ ਚਲੋ ਕੋਈ ਨਹੀਂ ਕਰ ਲਓ ਫਿਰ ਤੁਸੀਂ ਮੈਂ ਲਿਆਉਂਦਾ ਰਾਣੂ ਨੂੰ ਹੋਰ ਪੁੱਤ ਮੈਂ ਤਾਂ ਕਰਨਾ ਹੀ ਹੈ ਉਹ ਤਾਂ ਹੁਣ ਬੈਠੀ ਹੈ ਆਰਾਮ ਨਾਲ ਨਾਲੇ ਜੇ ਰਾਣੂ ਆ ਜੂਗੀ ਮੈਂ ਕਿਉਂ ਜਾਵਾਂ ਆਪਣਾ ਘਰ ਛੱਡ ਕੇ ਇੱਥੇ ਵਿਹਲਾ ਦੋਵੇਂ ਭੈਣਾਂ ਇਕੱਠੀਆਂ ਹੋ ਕੇ ਘਰ ਦੀ ਫੋਲਾ ਫਾਲੀ ਕਰਨਗੀਆਂ ਮੇਰਾ ਇੰਨਾ ਸਮਾਨ ਪਿਆ ਘਰ 'ਚ ਮੈਂ ਤਾਂ ਜਾਂਦੀ ਓ ਨਹੀਂ ਹੁਣ ਆਊਗੀ ਆਪੇ ਕੰਮ ਸਾਂਭੋਗੀ ਨਾਲੇ ਆਪਣੀ ਭੈਣ ਨੂੰ ਸਾਂਭੋ ਹਾਂ ਭਈਏ ਇਹ ਕਰਮਜੀਤ ਹਾਂਜੀ ਉਹ ਤੂੰ ਬਾਹਰ ਪੈ ਗਈ ਆ ਕੇ ਅੰਦਰ ਪੈ ਜਾਂਦੀ ਉਹਨੇ ਅੰਦਰ ਮੈਨੂੰ ਘਬਰਾਹਟ ਜੀ ਹੋ ਰਹੀ ਸੀ ਤਾਂ ਕਰਕੇ ਫਿਰ ਮੈਂ ਬਾਹਰ ਹੀ ਆ ਕੇ ਪੈ ਗਈ ਅੱਛਾ ਉਹ ਮੰਮੀ ਨਹੀਂ ਜਾਂਦੀ ਹੈਗੀ ਮਾਸੀ ਕੋਲ ਕਿਉਂ ਕਹਿੰਦੀ ਮਾਸੀ ਦਾ ਫੋਨ ਆਇਆ ਉਹ ਕਹਿੰਦੀ ਅਸੀਂ ਪਤਾ ਨਹੀਂ ਕਿੱਥੇ ਜਾਣਾਗਾ ਤੂੰ ਦੋ ਦਿਨ ਤੱਕ ਆ ਜੀ ਚੱਲ ਹੁਣ ਤਾਂ ਰਾਣੂ ਵੀ ਬੁਲਾ ਲਈ ਆਪਾਂ ਨੂੰ ਹੋਰ ਉਹ ਤਿਆਰ ਹੋ ਗਈ ਹੋਣੀ ਮੈਂ ਜਾ ਕੇ ਲਿਆਉਣਾ ਉੱਥੋਂ ਹੀ ਠੀਕ ਹੈ ਨਾ ਠੀਕ ਹੈ ਲੈ ਤੇ ਤੂੰ ਐਂ ਕਰੀ ਦਵਾਈ ਲੈ ਲਈ ਠੀਕ ਹੈ ਤੇ ਮੰਗਾਉਣਾ ਤਾਂ ਨਹੀਂ ਕੁਛ ਨਾ ਜੀ ਮੰਮੀ ਨੂੰ ਪੁੱਛ ਲਓ ਮੈਂ ਤਾਂ ਕੁਛ ਨਹੀਂ ਮੰਗਾਉਣਾ ਮੀਆਂ ਹਾਂ ਗੁਰਿੰਦਰ ਹਾਂ ਪੁੱਤ ਮੈਂ ਚੱਲਿਆਂਗਾ ਨਾਲੇ ਬਾਜ਼ਾਰ ਹੁੰਦਾ ਆਊਂਗਾ ਕੋਈ ਮੰਗਾਉਣਾ ਤਾਂ ਨਹੀਂ ਨਾ ਮੰਗਾਉਣਾ ਤਾਂ ਕੀ ਆ ਹੈਗਾ ਸਾਰਾ ਕੁਛ ਚਲੋ ਮੈਂ ਫਿਰ ਰਾਣੂ ਲਿਆਵਾਂ ਜਾ ਕੇ ਹੈ ਚੰਗਾ ਪੁੱਤ ਲੈ ਆ ਜਾ ਕੇ ਆ ਵੇਖ ਰਾਣੋ ਕਿਵੇਂ ਚਾਓ ਚੜਿਆ ਪਿਆ ਦੋਵੇਂ ਜਣਿਆਂ ਨੂੰ ਸਾਲੀ ਸਾਲੀ ਉਹ ਕਰਦਾ ਫਿਰਦਾ ਦੱਸ ਸਾਲੀ ਹੋਊਗੀ ਕਿ ਪ੍ਰਧਾਨ ਮੰਤਰੀ ਨੇ ਆਉਣਾ ਆਹ ਚੀਜ਼ ਲਿਆਵਾਂ ਆਹ ਚੀਜ਼ ਲਿਆਵਾਂ ਪਤਾ ਨਹੀਂ ਕੀ ਕੁਛ ਗਣਾਇਆ ਹੋਣਾ ਮੁੰਡੇ ਨੂੰ ਕੀ ਕੁਛ ਨਾ ਦੱਸ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਨਾਲੇ ਕੋਈ ਨਾ ਮੈਂ ਵੀ ਇੱਥੇ ਹੀ ਹੈ ਤੁਸੀਂ ਵੀ ਇੱਥੇ ਹੀ ਹੋ ਆ ਜਾਣ ਦੇ ਉਹਨੂੰ ਚਾਰ ਦਿਨ ਤਾਂ ਰਹਿਣ ਦੇ ਜਿੱਦਾਂ ਠੀਕ ਹੋਈ ਕਰਮਜੀਤ ਦੂਏ ਦਿਨ ਡੱਕਰੂ ਇੱਥੋਂ ਉਹਨੂੰ ਰਹਿਣ ਨਹੀਂ ਮੈਂ ਉਹਨੂੰ ਵੀ ਦਿੰਦੀ ਇੱਥੇ ਅੱਛਾ ਕਰ ਲਓ ਜਿਹੜੇ ਚਲਾਕੀਆਂ ਕਰਨੀਆਂ ਨੇ ਤੁਸੀਂ ਸਤਿ ਸ਼੍ਰੀ ਅਕਾਲ ਜੀਜਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਤੁਸੀਂ ਇੰਨਾ ਟਾਈਮ ਲਾਤਾ ਉਹ ਮੈਂ ਪਹਿਲਾਂ ਬਾਜ਼ਾਰ ਚਲਾ ਗਿਆ ਮੈਨੂੰ ਇਹ ਤੇਰੀ ਬੱਸ ਲੇਟ ਆਊਗੀ ਮੈਨੂੰ ਤਾਂ 10-15 ਮਿੰਟ ਹੋ ਗਏ ਫੜੇ ਨੂੰ ਚੱਲ ਕੋਈ ਨਾ ਆ ਜਾ ਗਰਮੀ ਬਹੁਤ ਹੈਗੀ ਆ ਜਾ ਹੋਰ ਘਰੇ ਭੈਣ ਠੀਕ ਨੇ ਹਾਂ ਭੈਣ ਠੀਕ ਹੈ ਡਾਕਟਰ ਨੇ ਦਵਾਈ ਕਿਹਾ ਹੈਗਾ ਡਾਇਰੈਕਟਰ ਦੱਸੀ ਹੈਗੀ
चलो कोई गल नहीं, मैं आ गई ना आप ठीक हो जाएंगे। हाँ चल ठीक। लो जी आ गया अपना घर। चलो आ जा। ਸਤਿ ਸ਼੍ਰੀ ਅਕਾਲ ਮਾਸੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਹੋਰ ਠੀਕ ਠਾਕ? ਠੀਕ ਹੈ ਜੀ, ਤੁਸੀਂ ਦੱਸੋ? ਵਧੀਆ ਵਧੀਆ ਸਭ। ਹੋਰ ਕੀ ਕਰਦੀ ਅੱਜ ਕੱਲ? ਮਾਸੀ ਜੀ ਮੈਂ ਤਾਂ ਪੜ੍ਹਦੀ ਹੁੰਨੀ ਆ। ਪੜ੍ਹਦੀ ਆ ਤੂੰ? ਮੈਨੂੰ ਤਾਂ ਨਹੀਂ ਲੱਗਦਾ ਰਾਣੋ ਤੂੰ ਪੜ੍ਹਦੀ ਹੋਵੇਂਗੀ, ਨਾਲੇ ਐਂ ਐਂ ਕਿਹੜੀਆਂ ਪੜ੍ਹਾਈਆਂ ਹੁੰਦੀਆਂ ਨੇ। ਮਾਸੀ ਜੀ ਤੁਸੀਂ ਐਂ ਕਾਹਤੋਂ ਕਹਿੰਦੇ ਹੋ? ਰਾਣੋ ਮੈਂ ਤਾਂ ਐਂ ਕਹਿੰਦੀ ਸੀ, ਆ ਹੁਣ ਤੂੰ ਇੱਥੇ ਆਈ ਹੈ, ਦੇਖ ਲਈ ਤੂੰ ਕਿੰਨੇ ਦਿਨ ਲੱਗ ਜਾਣਗੇ ਤੈਨੂੰ ਇੱਥੇ ਹੀ, ਫਿਰ ਕਦੇ ਇੱਧਰ ਜਾ ਕਦੇ ਉੱਧਰ ਜਾ, ਐਂ ਕਿਹੜੀਆਂ ਪੜ੍ਹਾਈਆਂ ਹੁੰਦੀਆਂ ਨੇ। ਉਹ ਲੈ ਮੰਮੀ ਤੁਸੀਂ ਕਿਹੜੀ ਗੱਲਾਂ ਲੈ ਕੇ ਬੈਠ ਗਏ? ਮੰਮੀ ਅੱਜ ਕੱਲ੍ਹ ਉਹ ਟਾਈਮ ਨਹੀਂ ਹੈਗਾ, ਅੱਜ ਕੱਲ੍ਹ ਤਾਂ ਫੋਨ 'ਤੇ ਕਲਾਸਾਂ ਲੱਗ ਜਾਣੀਆਂ, ਔਨਲਾਈਨ ਕਲਾਸਾਂ ਲੱਗਦੀਆਂ ਨੇ, ਹੁਣ ਤਾਂ ਪੜ੍ਹਾਈ ਘਰੇ ਬੈਠੇ ਹੋ ਜਾਂਦੀ ਹੈਗੀ। ਉਹ ਚੱਲ ਪੁੱਤ ਠੀਕ ਹੈ, ਮੈਂ ਤਾਂ ਕਹਿੰਦੀ ਸੀ ਪੜ੍ਹਨ ਵਾਸਤੇ ਤਾਂ ਮਿਹਨਤ ਕਰਨੀ ਪੈਂਦੀ ਹੈ, ਇਹ ਕੀ ਮਿਹਨਤ ਕਰਦੀ ਹੋਣੀ। ਉਹ ਮੰਮੀ ਛੱਡੋ ਇਹਨਾਂ ਗੱਲਾਂ ਨੂੰ, ਰਾਣੋ ਆ ਜਾ ਤੇਰੀ ਭੈਣ ਡੀਗਦੀ ਹੋਣੀ। ਹਾਂ ਹਾਂ ਭਾਈ ਇਹਨਾਂ ਨੂੰ ਤਾਂ ਬਹੁਤ ਚਾਅ ਚੜਿਆ ਪਿਆ, ਅੱਗੇ ਤਾਂ ਕਿਸੇ ਰਿਸ਼ਤੇਦਾਰ ਕਰਕੇ ਕਰਿਆ ਨਹੀਂ ਹੈਗਾ, ਇੱਕ ਜਿਵੇਂ ਸਾਲੀ ਦੇ ਆਉਣ ਦਾ ਕਰਿਆ ਪਿਆ, ਸਾਲੀ ਨੇ ਆਉਣਾ ਸਾਲੀ ਨੇ ਆਉਣਾ, ਹੁਣ ਤਾਂ ਬਥੇਰੀ ਠੀਕ ਹੋ ਜੂਗੀ, ਬਹਿ ਜੂਗੀ ਉੱਠ ਕੇ, ਬਥੇਰੀ ਪਾ ਲੂਗੀ ਦੁੱਧ 'ਚ ਪੱਤੀ, ਹੁਣ ਤਾਂ ਬਥੇਰੀ ਆਪ ਵੀ ਠੀਕ ਹੋ ਜੂਗੀ, ਦੇਖਾਂ ਭਲਾ ਕੀ ਕਰਦੀ ਹੈ। ਭੈਣੇ ਕਿੱਥੇ ਆ? ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ। ਹੋਰ ਠੀਕ ਆ? ਹਾਂ ਵਧੀਆ, ਤੂੰ ਸੁਣਾ? ਚਲ ਪੈ ਜਾ ਪੈ ਜਾ। ਕੋਈ ਨਾ। ਹੋਰ ਡਾਕਟਰ ਕੀ ਕਹਿੰਦਾ? ਕੁਛ ਨਹੀਂ ਕਹਿੰਦਾ, ਬਸ ਦਵਾਈ ਦੇਤੀ। ਕੀ ਕਹਿਣਾ ਹੈਗਾ ਡਾਕਟਰ ਨੇ? ਹੁਣ ਠੀਕ ਆ? ਕਹਿੰਦੇ ਰੈਸਟ ਕਰੋ। ਚਲ ਕੋਈ ਨਾ ਭੈਣੇ, ਹੁਣ ਮੈਂ ਆ ਗਈ ਆ, ਹੁਣ ਆਪੇ ਹੋ ਜਾਏਗੀ ਠੀਕ। ਉਹ ਤਾਂ ਠੀਕ ਹੈ, ਰਸਤੇ 'ਚ ਤੈਨੂੰ ਕੋਈ ਤਕਲੀਫ ਤਾਂ ਨਹੀਂ ਹੋਈ? ਨਾ ਭੈਣੇ ਰਸਤੇ 'ਚ ਤਾਂ ਨਹੀਂ ਕੋਈ ਤਕਲੀਫ ਹੋਈ, ਪਰ ਘਰੇ ਆ ਕੇ ਕਈ ਲੋਕਾਂ ਨੂੰ ਬਾਹਲੀ ਤਕਲੀਫ ਹੋਈ। ਓ ਹੋ ਰਾਣੋ ਉਹ ਮੰਮੀ ਕਰ ਸਭ ਇਹ ਜਗ੍ਹਾ, ਤੂੰ ਨਹੀਂ ਇਹਦੇ ਗੱਲਾਂ ਦੇ ਨਾ ਗੌਰ ਕਰ, ਨਾਲੇ ਸਮਝਾ ਦੇ ਕਰਮਜੀਤ ਮੰਮੀ ਨੂੰ ਔਰ ਛੋਟੇ ਭਾਈ ਨੂੰ, ਜ਼ਿਆਦਾ ਮੂੰਹ ਲਾਉਣ ਦੀ ਲੋੜ ਨਹੀਂ। ਮੰਮੀ ਦਾ ਤਾਂ ਨਾ ਸੁਭਾਅ ਹੀ ਇੱਦਾਂ ਦਾ, ਤੂੰ ਗੁੱਸਾ ਨਾ ਕਰੀ ਇਹਦੀਆਂ ਗੱਲਾਂ ਦਾ। ਨਾ ਨਾ ਭੈਣੇ ਮੈਂ ਗੁੱਸਾ ਨਹੀਂ ਕੀਤਾ ਹੈਗਾ, ਮੇਰੇ ਥੋੜ੍ਹੇ ਜਿਹੇ ਦਿਨ ਨੰਗਾ ਆ ਜਾ। ਕੋਈ ਗੱਲ ਨਹੀਂ ਭੈਣੇ, ਤੂੰ ਟੈਨਸ਼ਨ ਨਾ ਲੈ, ਚੱਲ ਤੂੰ ਬੈਠ, ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਹਾਂ। ਨਹੀਂ 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 ਤੁਸੀਂ ਬੈਠੋ, ਚਾਹ ਮੈਂ ਬਣਾ ਕੇ ਲਿਆਉਣਾ, ਕੋਈ ਨਾ ਬੈਠੋ। ਚੀਜ਼ਾਂ ਜੀ ਮੈਂ ਬਣਾ ਦੇਣੀ ਆ। ਤੁਸੀਂ ਮਾਰੋ ਭੈਣ ਆਪਣਾ ਗੱਲਾਂ। ਚਲ ਠੀਕ ਹੈ, ਅੱਜ ਤੇਰੇ ਹੱਥ ਦੀ ਵਿਲਾ ਫਿਰ ਤਾਂ ਤੈਨੂੰ ਬਣਾਉਣੀ ਹੈਗੀ। ਕੋਈ ਗੱਲ ਨਹੀਂ ਭੈਣੇ, ਹੋਰ ਦੱਸ ਮੰਮੀ ਠੀਕ ਤੇ ਘਰੇ? ਹਾਂ ਮੰਮੀ ਠੀਕ ਸੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਗਿਆ ਪੁੱਤ? ਹਾਂਜੀ ਮਾਤਾ, ਠੰਡਾ ਜਿਹਾ ਪਾਣੀ ਪਿਆ ਦੇ, ਬੜੀ ਗਰਮੀ ਹੈ ਬਾਹਰ। ਪਾਣੀ ਤਾਂ ਪਿਲਾ ਦੇਣੀ ਆ ਪੁੱਤ, ਬਹਿ ਤਾਂ ਜਾ ਬਿੰਦ ਘੜੀ, ਪਾਣੀ ਵੀ ਪਿਲਾ ਦੇ। ਬੜੀ ਲੱਗੀ ਆ ਮਾਤਾ। ਮੈਂ ਪਿਲਾ ਦੇਣੀ ਆ ਪਾਣੀ, ਕੋਈ ਨਾ, ਮੈਂ ਤਾਂ ਆਪ ਹਜੇ ਹੁਣੇ ਬੈਠੀ ਹਾਂ, 2 ਮਿੰਟ ਹੋਏ ਨੇ ਪੁੱਤ ਮੈਨੂੰ ਤਾਂ ਬੈਠੀ ਨੂੰ। ਹੈ ਮੰਮੀ, ਆ ਬਾਈ ਦੀ ਸਾਲੀ ਕਿਵੇਂ ਆਈ ਹੈ, ਕੀ ਕਰਨ ਆਈ ਹੈ? ਉਹ ਲੈ ਪੁੱਤ ਤੈਨੂੰ ਪਤਾ ਨਹੀਂ, ਤੇਰੀ ਭਾਬੀ ਤਾਂ ਬਿਮਾਰ ਹੈ, ਉਹਤੋਂ ਕੰਮ ਕੁੰਮ ਘੱਟ ਹੁੰਦਾ, ਤਾਂ ਕਰਕੇ ਬੁਲਾਈ ਹੈ, ਨਾਲੇ ਮਾੜਾ ਮੋਟਾ ਕੰਮ ਦਾ ਸਹਾਰਾ ਲੱਗ ਜੂ, ਵੀ ਨਾਲੇ ਮੇਰੀ ਵੀ ਜਾਨ ਸਖਾਲੀ ਹੋ ਜੂ, ਨਹੀਂ ਆਪ ਤਾਂ ਪਈ ਆ ਉਹ ਬਿਮਾਰ ਹੋਈ, ਸਾਰਾ ਕੰਮ ਮੈਨੂੰ ਹੀ ਕਰਨਾ ਲੱਗਦਾ, ਆਪੇ ਕਰਦੀ ਆ ਹੁਣ। ਮਾਤਾ ਕਿੰਨੇ ਕੁ ਦਿਨ ਰਹੂਗੀ ਫਿਰ ਇਹ? ਵੀ ਜਦ ਤੇਰੀ ਭਾਬੀ ਠੀਕ ਹੋ ਜੂਗੀ ਵਗ ਜੂਗੀ, ਨਾਲੇ ਤੈਨੂੰ ਕੀ ਲੈਣਾ, ਕਿੰਨੇ ਦਿਨ ਮਰਜ਼ੀ ਰਹੇ। ਉਹ ਮਾਤਾ ਲੈਣ ਤੋਂ ਕੀ ਆ, ਫਰੈਂਡ ਆਉਂਦੇ ਆ, ਚੰਗਾ ਨਹੀਂ ਲੱਗਦਾ। ਤੂੰ ਪੁੱਤ ਆਪਣੇ ਦੋਸਤਾਂ ਨੂੰ ਲੈ ਕੇ ਇੱਧਰਲੇ ਕਮਰੇ 'ਚ ਬੈਠ ਜਾ ਕਰ, ਉੱਧਰ ਨਾ ਜਾਈ। ਮਾਤਾ ਫਿਰ ਵੀ ਭੈੜਾ ਹੀ ਲੱਗਦਾ ਜੇ ਕਿਤੇ ਬਾਹਰ ਆਹਮਣੇ ਸਾਹਮਣੇ। ਵੀ ਚੱਲ ਕੋਈ ਨਾ, ਤੇਰੀ ਭਾਬੀ ਖਿਜੂਗੀ ਕਿਤੇ, ਉਹਨੂੰ ਨਾ ਕਹਿ ਦੇ, ਨਾਲੇ ਮੇਰੀ ਗੱਲ ਸੁਣ ਲੈ, ਤੂੰ ਉੱਧਰ ਬਹੁਤਾ ਨਾ ਚੱਕਰ ਮਾਰੀ, ਅਗਲੇ ਗੁੱਸਾ ਕਰਨਗੇ, ਨਾਲੇ ਤੂੰ ਸੁਭਾਅ ਨੂੰ ਜਾਣਦਾ ਫਿਰ। ਲੈ ਮਾਤਾ ਭਾਬੀ ਕਿਉਂ ਗੁੱਸਾ ਕਰੂਗੀ, ਮੈਂ ਜਦੋਂ ਕਿਸੇ ਨੂੰ ਬੁਲਾਉਣਾ ਨਹੀਂ, ਨਾਲੇ ਮਾਤਾ ਪਾਣੀ ਲਿਆ ਦਿਓ, ਹੁਣ ਮੈਨੂੰ ਪਿਆਸ ਬੜੀ ਲੱਗੀ ਪਈ ਹੈ। ਵੀ ਲਿਆ ਦੇਣੀ ਆ ਪਾਣੀ, ਐਡਾ ਬੜਾ ਹੋਗਾ ਦੇਖ ਲੈ, ਤੂੰ ਇੱਕ ਕੰਮ ਕਰਕੇ ਨਹੀਂ ਰਾਜੀ ਹੈਗਾ, ਦੱਸ ਆਪ ਨਹੀਂ ਪਾਣੀ ਪੀ ਸਕਦਾ? ਮਾਤਾ ਲਿਆ ਦਿਓ ਮੈਨੂੰ ਗਰਮੀ 'ਚ ਆਇਆ ਮੈਂ। ਉਹੀ ਮਾਤਾ ਦੀਆਂ ਭੋਲੀਆਂ ਗੱਲਾਂ, ਕਹਿੰਦੀ ਉੱਧਰ ਭਾਬੀ ਇੰਨੀ ਨਾ ਜਾਇਆ ਕਰ,
ਮਸਾਂ ਤਾਂ ਘਰੇ ਰੌਣਕ ਹੀ ਹੈ, ਸਗੋਂ ਬੇਬੇ ਨੂੰ ਐਂ ਕਹਿਣਾ ਚਾਹੀਦਾ ਪੁੱਤ ਘਰੋਂ ਬਾਹਰ ਨਾ ਜਾ, ਮਾਤਾ ਵੀ ਕਮਾਲ ਹੀ ਕਰਦੀ ਹੈ। ਕੀ ਕਰਦੀ ਆ ਮਾਤਾ? ਬੇ ਮਾਤਾ ਨੇ ਕੀ ਕਰਨਾ ਪੁੱਤ, ਗੋਡਿਆਂ 'ਚ ਦਰਦ ਹੁੰਦਾ ਬਹੁਤਾ ਹੀ ਜ਼ਿਆਦਾ। ਮਾਤਾ ਮੈਨੂੰ ਆਈਫੋਨ ਦਵਾ ਦਿਉ ਨਾ, ਸਾਰਿਆਂ ਕੋਲ ਆਈਫੋਨ ਆ, ਮੈਂ ਵੀ ਲੈਣਾ। ਮੈਂ ਪੁੱਤ ਤੈਨੂੰ ਹੁਣ ਤਾਂ ਹਜੇ 20,000 ਦਾ ਫੋਨ ਦਵਾਇਆ ਹੈ, ਹੁਣ ਤੂੰ ਅੱਜ ਫਿਰ ਨਵਾਂ ਫੋਨ ਮੰਗਣ ਲੱਗ ਗਿਆ। ਮੈਨੂੰ ਨਹੀਂ ਪਤਾ, ਮੈਂ ਤਾਂ ਆਈਫੋਨ ਲੈਣਾ 20,000 ਵਾਲਾ ਰੱਖ ਲਓ ਤੁਸੀਂ ਰੱਖਣਾ ਤਾਂ। ਕੋਈ ਨਾ ਚੱਲ ਐਂ ਕਰ, ਤੂੰ 6 ਮਹੀਨੇ ਰੁਕ ਜਾ ਪੁੱਤ, ਫਿਰ ਦਵਾ ਦਾਂਗੇ, ਹਜੇ ਖਰਚ ਬਹੁਤ ਹੋ ਗਿਆ। ਖਰਚ ਹੋ ਗਿਆ ਹੁਣ ਫੋਨ ਵੇਰੇ ਖਰਚ ਹੋ ਗਿਆ। ਐਂ ਨਾ ਕਰਿਆ ਕਰ, ਤੂੰ ਕਹਿਣਾ ਮੰਨ ਲਿਆ ਕਰ। ਨਹੀਂ ਪੁੱਤ ਰਹਿਣਾ। ਹਾਂਜੀ ਮੈਂ ਸਿਰ ਪਾਣੀ ਦਾ ਗਲਾਸ ਪਿਲਾ ਪੁੱਤ, ਲਿਆ ਦਿੰਦੀ ਹਾਂ। ਮੈਨੂੰ ਤਾਂ ਬਹੁਤ ਹੀ ਪਿਆਸ ਲੱਗੀ ਪਈ ਹੈ, ਘਰਾਂ ਦੇ ਗੱਲ ਦਾ ਪੁੱਤ ਮੁੱਕਦੇ ਨਹੀਂ। ਹਾਂ ਮਾਤਾ ਹੁਣ ਫਿਰ ਫੋਨ ਪਿੱਛੇ ਉਹੀ ਗੱਲਾਂ, ਫਿਰ ਮੈਨੂੰ ਦਬਾਓ, ਮੈਨੂੰ ਨਹੀਂ ਪਤਾ, ਮੈਂ ਫੋਨ ਲੈਣਾ ਹੀ ਲੈਣਾ। ਮੈਂ ਚੱਲ ਕੋਈ ਨਾ ਪੁੱਤ, 6 ਮਹੀਨੇ ਰੁਕ ਜਾ, ਫਿਰ ਲੈ ਦਾਂਗੇ ਤੈਨੂੰ ਫੋਨ, ਤੈਨੂੰ ਪਤਾ ਤਾਂ ਹੈਗਾ ਘਰ 'ਚ ਕਿੰਨਾ ਖਰਚ ਹੋਇਆ। ਮਾਤਾ ਨਵਾਂ ਨਹੀਂ ਲੈ ਕੇ ਦੇਣਾ ਤਾਂ ਪੁਰਾਣਾ ਦਵਾ ਦਿਉ, ਮੈਂ ਤਾਂ ਆਈਫੋਨ ਹੀ ਲੈਣਾ, ਮੈਨੂੰ ਨਹੀਂ ਪਤਾ, ਜਿਵੇਂ ਮਰਜ਼ੀ ਦਵਾਓ। ਮੇਰੇ ਪੁੱਤ ਮੇਰੀ ਗੱਲ ਸੁਣ, ਥੋੜ੍ਹਾ ਜਿਹਾ ਚਿਰ ਰੁਕ ਜਾ, ਤੈਨੂੰ ਲੈ ਦਾਂਗੇ ਫੋਨ, ਨਾਲੇ ਤੂੰ ਇੰਨੀ ਜਿੱਦ ਨਾ ਕਰਿਆ ਕਰ। ਅੱਛਾ ਮਾੜਾ ਮੋਟਾ ਘਰ ਦਾ ਵੀ ਖਿਆਲ ਕਰ ਲੈ, ਕਿੰਨਾ ਦਾ ਤੇਰੇ ਸਾਹਮਣੇ ਘਰ 'ਚ ਖਰਚ ਹੋ ਰਿਹਾ, ਹੁਣ ਤੂੰ ਸਿਆਣਾ ਹੋ ਗਿਆ। ਅੱਲੋ ਮਾਸੀ ਜੀ ਪਾਣੀ ਲਿਆ ਪੁੱਤ, ਸਾਨੂੰ ਵੀ ਬੁਲਾ ਦਿਓ ਪਾਣੀ। ਲੈ ਕੁੜੀ ਤੂੰ ਐਂ ਕਾਹਤੋਂ ਕਰਦੀ ਹੈ, ਖਿੱਚਦੀ ਕਾਹਤੋਂ ਆ, ਤੇਰੇ ਤੋਂ ਪਾਣੀ ਉਹ ਮੰਗਿਆ। ਨਾਲੇ ਮੇਰੀ ਗੱਲ ਸੁਣ, ਤੇਰੀ ਭੈਣ ਨੇ ਤੂੰ ਇੱਥੇ ਕੰਮ ਕਰਨ ਵਾਸਤੇ ਹੀ ਲਿਆਂਦੀ ਹੈ। ਅੱਛਾ ਇੱਥੇ ਐਸ਼ ਪ੍ਰਾਸਤੀ ਕਰਨ ਵਾਸਤੇ ਹੀ ਆਈ ਹੈਗੀ ਤੂੰ, ਲਿਆ ਕੇ ਦੇ ਮੁੰਡੇ ਨੂੰ ਪਾਣੀ, ਕੰਮ ਕਰਿਆ ਕਰ ਸਿੱਧੀ ਹੋ ਕੇ। ਛੱਡ ਮਾਤਾ ਸੰਗ ਕੀ ਹੋਣੀ, ਪੁੱਤ ਇਹਨਾਂ ਦੇ ਤਾਂ ਦੋਨਾਂ ਭੈਣਾਂ ਦੇ ਦਿਮਾਗ ਖਰਾਬ ਹੋਏ ਪਏ ਨੇ, ਤੂੰ ਨਾ ਇਹਨਾਂ ਨੂੰ ਜ਼ਿਆਦਾ ਮੂੰਹ ਲਾਇਆ ਕਰ। ਚੱਲ ਛੱਡ ਮਾਤਾ, ਕੀ ਲੈਣਾ ਹੋਈ ਕੱਲਾ, ਮਾਤਾ ਕਰ ਲਓ ਕੋਈ ਪੈਸਿਆਂ ਦਾ ਹੀਲਾ, ਦਵਾ ਦੋ ਨਾ ਫੋਨ। ਮੈਂ ਪਾਣੀ ਦੀ ਘੁੱਟ ਪੀ ਲਾਂਗਾ ਪਹਿਲਾਂ, ਤੈਨੂੰ ਪੈਸੇ ਦੇਵਾਂ ਕੱਢ ਕੇ ਅੰਦਰੋਂ। ਉਹ ਮਾਤਾ ਫਿਰ ਖਿੱਚਦੀ ਕਾਹਤੋਂ, ਪੀ ਲਾ ਪਾਣੀ, ਤੂੰ ਗੱਲਾਂ ਹੀ ਇਹੀਆਂ ਕਰਦਾ, ਦਵਾ ਦੋ ਫੋਨ। ਆ ਲਓ ਪਾਣੀ, ਮੈਂ ਚੁੱਪ ਆ, ਇਹ ਸੋਚਦਾ ਹੋਣਾ ਵੀ ਕਾਹਨੂੰ ਚੁੱਪ ਹੈ, ਜੇ ਮੈਂ ਆਪਣੀ ਭੈਣ ਨੂੰ ਦੱਸਿਆ ਉਹ ਰੋ ਜੂਗੀ। ਹੈ ਜੀਜਾ ਜੀ ਵੀ ਕੀ ਕਹਿਣਗੇ, ਆਈ ਨੂੰ ਤੇਰੇ 2 ਦਿਨ ਨਹੀਂ ਹੋਏ ਹੈਗੇ, ਵੀ ਤੂੰ ਕੁੱਤਕਲੇ 'ਚ ਪਾ ਕੇ ਬਹਿ ਗਈ, ਜੇ ਮੈਂ ਦੱਸਦੀ ਹਾਂ ਹੋਰ ਨਾ ਸਿਆਪਾ ਕਿਤੇ ਖੜਾ ਹੋ ਜੇ। ਚੱਲ ਕੋਈ ਨਾ, ਜੇ ਹੁਣ ਇਹਨੇ ਕੀਤੀ ਨਾ ਦੁਬਾਰਾ ਹਰਕਤ ਜੀਜਾ ਜੀ ਨੂੰ ਜਾਂ ਆਪਣੀ ਭੈਣ ਨਾਲ ਗੱਲ ਕਰਨੀ ਪੈਣੀ ਹੈ, ਆਈ ਨਹੀਂ ਇਹ ਲੋਟ ਆਉਂਦਾ ਹੈਗਾ। ਝਾੜੂ ਲਾਉਂਦੀ ਹੈ ਮੇਰੇ, ਨਹੀਂ ਤਾਂ ਦਿੰਦੀ ਵੀ ਨਹੀਂ, ਕਿਵੇਂ ਬੁਲਾਵਾਂ ਇਹਨੂੰ ਮੈਂ, ਆਹ ਕੰਮ ਠੀਕ ਹੈ। ਉਹ ਜੀ ਪਾਣੀ ਡੁੱਲ ਗਿਆ ਮੇਥੋਂ, ਪੋਚਾ ਲਾ ਲਉਂਗੀ। ਗਲਾਸ ਛੱਡਣ ਵਾਲਾ ਤਾਂ ਬਹਾਨਾ ਹੀ ਸੀ, ਤੁਹਾਨੂੰ ਹੀ ਮੁੜ ਕੇ ਦੇਖਣਾ ਸੀਗਾ, ਇਸ਼ਾਰੇ ਸਮਝ ਲਿਆ ਕਰੋ ਕੁਛ ਤਾਂ। ਇਸ਼ਾਰੇ ਤਾਂ ਮੈਂ ਤੇਰੇ ਪਹਿਲੇ ਦਿਨ ਤੋਂ ਹੀ ਸਮਝ ਲਿਆ ਸੀ, ਨਾਲੇ ਗੱਲ ਸੁਣ ਲੈ, ਜਿਹੋ ਜਿਹੀ ਕੁੜੀ ਤੂੰ ਸਮਝਦਾ ਨਾ ਉਹੋ ਜਿਹੀ ਨਹੀਂ ਹੈਗੀ ਮੈਂ। ਕਾਲਜ 3600 ਮੁੰਡਾ ਫਿਰਦਾ ਹੈ, ਤੇਰੇ ਵੱਲ ਤਾਂ ਮੈਂ ਊਂ ਵੀ ਨਾ ਝਾਕਾਂ। ਨਾਲੇ ਦੂਜੀ ਗੱਲ, ਇੱਥੇ ਨਾ ਸਿਰਫ ਮੈਂ ਆਪਣੀ ਭੈਣ ਕਰਕੇ ਆਈ ਹਾਂ, ਆਹ ਕੰਮ ਕਰਨ ਨਹੀਂ ਆਈ। ਜੇ ਗਾਹਾਂ ਨੂੰ ਇਹੋ ਜਿਹੀ ਗੱਲ ਕੀਤੀ ਨਾ, ਮੈਂ ਆਪਣੀ ਭੈਣ ਨੂੰ ਸ਼ਿਕਾਇਤ ਲਾ ਦੇਣੀ ਹੈ। ਕੋਈ ਨਹੀਂ, ਪਾਉਂਦੀ ਆਪਦੀ ਭੈਣ ਨੂੰ ਦੱਸਦੀ, ਪਾਉਂਦੀ ਆਪਦੀ ਮਾਂ ਨੂੰ, ਇਹ ਮੇਰਾ ਘਰ ਆ, ਇੱਥੇ ਤਾਂ ਮੇਰੀ ਓ ਚੱਲਣੀ ਆ। ਹਾਂ ਨਾਲੇ ਜ਼ਿਆਦਾ ਐਟੀਟਿਊਡ ਦਿਖਾਉਣ ਦਾ ਮਤਲਬ ਨਹੀਂ ਕੋਈ, ਆਪਦੇ ਕੰਮ ਤਾਂ ਕੰਮ ਰੱਖ। ਉਹ ਕੀ ਹੋ ਗਿਆ? ਉਹ ਕੁਛ ਨਹੀਂ ਵੀਰੇ, ਪਾਣੀ ਡੁੱਲ ਗਿਆ ਸੀ, ਆਹ ਮੈਂ ਪੋਚਾ ਲਾਉਣ ਲੱਗਿਆ ਸੀ, ਇਹ ਫੜ ਕੇ ਲਾਉਣ ਲੱਗ ਗਈ, ਨਾਲੇ ਤਾਂ ਵਿਚਾਰੀ ਵਾਹਲੀ ਸਹੂਗਾ। ਚੱਲ ਕੋਈ ਲੱਗ ਗਿਆ ਪੋਚਾ, ਰਣਵੈ ਕਰ ਰੱਖ ਦੇ, ਨਾਲੇ ਤਾਂ ਰੋਟੀ ਮੰਨੂ ਦੇ, ਨਾਲੇ ਰੋਟੀ ਉਹਨੂੰ ਪਾ ਕੇ ਦੇ ਕਰਮਜੀਤ ਨੂੰ, ਕਿਉਂਕਿ ਦਵਾਈ ਦਾ ਟਾਈਮ ਹੋ ਗਿਆ ਹੋਣਾ। ਚੱਲ ਆ ਜਾ ਰੱਖ ਦੇ ਪੋਚਾ, ਹਾਂ ਆ ਜਾ। ਚੱਲ ਕੋਈ ਨਹੀਂ, ਠੀਕ ਹੈ।
ਮੇਰੇ ਬਾਈ ਨੂੰ ਕਿਵੇਂ ਜੀ ਜਾਈ ਕਰਦੀ ਜਾਂਦੀ ਹੈ। ਮੇਰੇ ਬਾਰੇ ਪਤਾ ਨਹੀਂ ਇਹਨੂੰ ਕੀ ਭਰਿੰਡਾਂ ਖਾ ਜਾਂਦੀਆਂ। ਚੱਲ ਕੋਈ ਗੱਲ ਨਹੀਂ, ਕਿੰਨਾ ਕੁ ਚਿਹਰਾ। ਭੈਣੇ ਮੈਂ ਨਾ ਤੈਨੂੰ ਇੱਕ ਜ਼ਰੂਰੀ ਗੱਲ ਕਰਨੀ ਹੈ। ਦੱਸ ਕੀ ਹੋ ਗਿਆ? ਆ ਤੇਰਾ ਦਿਓਰ ਨਹੀਂ ਹੈਗਾ, ਮੈਨੂੰ ਉਹਦੇ ਲੱਛਣ ਠੀਕ ਨਹੀਂ ਲੱਗਦੇ ਹੈਗੇ। ਨਾ ਇਹੋ ਜਿਹਾ ਤਾਂ ਨਹੀਂ ਹੈਗਾ, ਉਹ ਕੀ ਹੋ ਗਿਆ? ਬਸ ਭੈਣੇ ਰਹਿਣ ਦੇ, ਮੈਨੂੰ ਪਤਾ ਨਾ ਜਦੋਂ ਮੈਂ ਪਾਣੀ ਫੜਾਉਣ ਜਾਂਦੀ ਹਾਂ ਉਹ ਹੱਥ ਫੜਨ ਲੱਗ ਜਾਂਦਾ, ਅੱਜ ਤਾਂ ਮੈਂ ਹੱਦ ਟਪਾ ਤੀ, ਜਾਣ ਕੇ ਪਾਣੀ ਡੋਲਤਾ, ਹੈ ਕਹਿੰਦਾ ਮੇਰੇ ਤੋਂ ਪਾਣੀ ਡੁੱਲ ਗਿਆ ਵੀ ਸਾਫ਼ ਕਰ ਦੇ, ਮੈਨੂੰ ਸਾਰਾ ਪਤਾ ਲੱਗਦਾ ਉਹਦੇ ਲੱਛਣਾਂ ਦਾ। ਰਾਣੋ ਤੇ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਭੈਣੇ ਕੀ ਦੱਸਾਂ ਤੈਨੂੰ, ਜੇ ਮੈਂ ਦੱਸਦੀ ਤੂੰ ਤਾਂ ਮੈਨੂੰ ਇਹੀ ਕਹਿਣਾ ਸੀ, ਤੈਨੂੰ ਆਈ ਨੂੰ 2 ਦਿਨ ਨਹੀਂ ਹੋਏ, ਆਹ ਕੁੱਤ ਕਲੇਸ਼ ਪਾ ਕੇ ਬਹਿ ਗਈ। ਮੇਰੀ ਗੱਲ ਸੁਣ, ਜੇ ਤੇਰੇ ਨਾਲ ਇੰਨਾ ਕੁਛ ਹੋ ਰਿਹਾ ਤੂੰ ਮੈਨੂੰ ਦੱਸਦੀ ਤਾਂ ਸੀ। ਕੋਈ ਨਾ, ਫਿਰ ਮੈਂ ਤੇਰੇ ਜੀਜੇ ਨਾਲ ਗੱਲ ਕਰਦੀ। ਨਾ ਭੈਣੇ ਤੂੰ ਜੀਜੇ ਨਾਲ ਨਾ ਗੱਲ ਕਰੀ। ਮੇਰੀ ਗੱਲ ਸੁਣ, ਜੇ ਮੈਂ ਅੱਜ ਨਹੀਂ ਦੱਸਿਆ ਫਿਰ ਮੈਂ ਕਦੋਂ ਦੱਸੂਗੀ? ਉਹਦੇ ਤਾਂ ਭੈੜੀਆਂ ਹਰਕਤਾਂ ਵੱਧਦੀਆਂ ਹੀ ਜਾਣਗੀਆਂ। ਜੀ ਮੇਰੀ ਗੱਲ ਸੁਣਿਓ। ਭੈਣੇ ਤੂੰ ਰਹਿਣ ਦੇ, ਛੱਡ ਪਰਾਂ। ਉਹ ਨਹੀਂ ਤੂੰ ਰਹਿਣ ਦੇ, ਆਇਓ ਮੜੇ ਜੇ ਗੱਲ ਸੁਣਿਓ ਮੇਰੇ। ਕੀ ਹੋ ਗਿਆ? ਉਰੇ ਤਾਂ ਆਜੋ ਮੜੇ ਜੇ ਗੱਲ ਸੁਣੋ। ਭੈਣੇ ਰਹਿਣ ਦੇ, ਮੈਨੂੰ ਤਾਂ ਡਰ ਲੱਗੀ ਜਾਂਦਾ। ਕੀ ਹੋ ਗਿਆ? ਮੇਰੀ ਗੱਲ ਸੁਣੋ ਜੀ, ਆਪਦੇ ਭਰਾ ਨੂੰ ਸਮਝਾ ਲਓ। ਆ ਦੇਖ ਲਓ ਪੁੱਠੇ ਸਿੱਧੀਆਂ ਹਰਕਤਾਂ ਕਰਦਾ ਰਾਣੋ ਨਾਲ, ਮੈਂ ਇਹੋ ਜਿਹਾ ਕੁਛ ਕਰਨ ਨੂੰ ਥੋੜੀ ਬੁਲਾਈ ਤੀ, ਮੈਂ ਤਾਂ ਵਿਚਾਰੀ ਆਪਦਾ ਟਾਈਮ ਲੰਘਾਉਣ ਨੂੰ ਬੁਲਾਈ ਤੀ। ਕੀ ਕਰਦਾ ਸੁੱਖ ਨੇ ਇਹ ਜਾ? ਜੀਜੇ ਜਦੋਂ ਮੈਂ ਪਾਣੀ ਫੜਾਉਣ ਜਾਂਦੀ ਹਾਂ ਉਹ ਮੇਰਾ ਹੱਥ ਫੜ ਲੈਂਦਾ, ਅੱਜ ਤਾਂ ਜੰਮੀ ਹੱਦ ਟਪਾ ਤੀ ਉਹਨੇ, ਹੈ ਜਾਣ ਕੇ ਪਾਣੀ ਡੋਲਤਾ ਵੀ ਹਾਂ ਵੀ ਮੇਰੇ ਨਾਲ 4 ਗੱਲਾਂ ਕਰੇ। ਆ ਦੇਖ ਲਓ ਕਮਾਲ ਹੋ ਗਈ ਹੈ ਉਹ ਇਹ ਜਗ੍ਹਾ। ਉਹ ਹੋਰ ਤੁਹਾਡੇ ਸਾਹਮਣੇ ਤਾਂ ਐਂ ਸ਼ਰੀਫ ਬਣ ਜੂਗਾ ਜਿਵੇਂ ਮੈਂ ਤਾਂ ਕੁਛ ਕਰਿਆ ਹੀ ਨਹੀਂ ਹੈਗਾ। ਉਈ ਦੇਖਣੇ ਨੂੰ ਮਾਊ ਜੈ। ਦੇਖ ਲਓ ਮੇਰੀ ਗੱਲ ਸੁਣੋ ਜੀ, ਮੈਨੂੰ ਤਾਂ ਉਹ ਬੁਰਾ ਲੱਗਣ ਲੱਗ ਗਿਆ ਅੱਜ ਤੋਂ, ਜਾ ਕੇ ਮੰਮੀ ਨਾਲ ਗੱਲ ਕਰ। ਕਿੱਥੇ ਆ ਉਹ? ਮੈਨੂੰ ਨਹੀਂ ਪਤਾ ਕਿੱਥੇ ਆ, ਬਾਹਰ ਹੀ ਹੋਣਾ ਕਿਤੇ, ਸਾਰੇ ਨੂੰ ਵਿਹਲੇ ਹੀ ਫਿਰਨਾ, ਉਹਨੇ ਕੋਈ ਕੰਮ ਤਾਂ ਹੈ ਨੀਗਾ। ਮੰਮੀ ਮੇਰੀ ਗੱਲ ਸੁਣ ਰਾਣੋ, ਤੂੰ ਟੈਨਸ਼ਨ ਨਾ ਲੈ, ਆਪੇ ਗੱਲ ਕਰਨਗੇ ਹੁਣ ਮੰਮੀ ਨਾਲ। ਭੈਣੇ ਪਤਾ ਨਹੀਂ ਕੀ ਹੋਊਗਾ ਅੱਗੇ। ਕੁਛ ਨਹੀਂ ਹੁੰਦਾ, ਤੂੰ ਘਬਰਾ ਨਾ, ਸੌਂਕ ਦੀ ਵਧੀਆ 4 ਛਿੱਤਰ ਪੈ ਗਏ ਨਾ, ਆਪੇ ਸਿੱਧਾ ਹੋ ਜੂਗਾ, ਨਾਲੇ ਤੀਰ ਮੰਗੂ, ਤੂੰ ਕਾਹਨੂੰ ਘਬਰਾਈ ਜਾਂਦੀ ਆ। ਚੱਲ ਐਂ ਕਰ, ਦੇਖੀ ਮੈਂ ਦਵਾਈ ਲੈਣੀ ਆ, ਮੈਨੂੰ ਥੋੜ੍ਹਾ ਜਿਹਾ ਪਾਣੀ ਦੇ ਦੇ। ਹਾਂ ਭੈਣੇ ਲੈ। ਹਾਏ ਹਾਏ ਕਿੱਡਾ ਐਕਸੀਡੈਂਟ ਹੋ ਗਿਆ ਦੱਸ, ਖਬਰਾਂ ਪੜ੍ਹ ਕੇ ਤਾਂ ਮਨ ਖਰਾਬ ਹੋ ਜਾਂਦਾ। ਮੰਮੀ ਕਿੱਡਾ ਜਵਾਨ ਮੁੰਡਾ ਮਰ ਗਿਆ ਦਾ। ਏ ਮੰਮੀ ਵੇ, ਹਾਂ ਪੁੱਤ। ਉਹ ਕਿੱਥੇ ਗਾ ਸੁੱਖ? ਸੁੱਖ ਤਾਂ ਪੁੱਤ ਇੱਥੇ ਤੇ। ਬੁਲਾ ਉਹਨੂੰ ਵੱਡੇ ਆਸ਼ਕ ਨੂੰ। ਵੇ ਕੀ ਗੱਲ ਹੋ ਗਈ, ਐਂ ਕਾਹਤੋਂ ਪੜ੍ਹ ਕੇ ਫਿਰਦਾ? ਨਾ ਬੁਲਾ ਉਹਨੂੰ, ਬੁਲਾ ਤੂੰ ਦਿਮਾਗ ਖਰਾਬ ਕਰੀ ਫਿਰਦਾ ਉਹ। ਸੁੱਖ ਵੇ ਪੁੱਤ ਸੁੱਖ ਵੀ ਹੈ। ਹੋ ਰਿਹਾ ਓਏ, ਹਾਂ ਵੀ ਕੀ ਕਰਦਾ ਫਿਰਦਾ ਆਹ? ਕੀ ਹੋ ਗਿਆ? ਆ ਰਾਣਾ ਨੂੰ ਕੀ ਬੋਲਦਾ ਤੂੰ? ਮੈਂ ਕੀ ਬੋਲਿਆ ਰਾਣੂ? ਕਹਿੰਦਾ ਮੈਂ ਕੀ ਬੋਲਿਆ, ਉਹ ਪਾਗਲ ਹੈ ਫਿਰ ਕਹਿ ਰਹੀ ਮੇਰੇ ਕੋਲ ਉਹ। ਵੇ ਪੁੱਤ ਕੀ ਗੱਲ ਹੋ ਗਈ ਮੈਨੂੰ ਤਾਂ ਦੱਸ ਦੋ। ਕਹਿੰਦਾ ਕਦੀ ਮੇਰਾ ਹੱਥ ਫੜਦਾ, ਕਦੀ ਮੈਨੂੰ ਛੇੜਦਾ, ਕਦੀ ਘੂਰਦਾ। ਅੱਛਾ ਅੱਛਾ, ਉਹ ਆਪ ਕਹਿੰਦੀ ਹੈ ਕਦੇ ਨੰਬਰ ਦੇ ਕਦੇ ਮੇਰਾ ਰਿਚਾਰਜ ਕਰਾ, ਐਵੇਂ ਤੂੰ ਤਾਂ। ਲੈ ਸੁਣ ਲੈ, ਉਹਨੂੰ ਕੀ ਲੋੜ ਹੈ ਝੂਠ ਬੋਲਣ ਦੀ, ਤੂੰ ਹਰਕਤ ਕਰੀ ਹੋਣੀ ਇਹ ਜੀ। ਤੂੰ ਪੁੱਤ ਆਪਣੇ ਭਾਈ ਦੀ ਗੱਲ ਸੁਣ ਲੈ, ਭੜਕਣਾ ਤੂੰ, ਐਂ ਗੁੱਸਾ ਨਾ ਕਰ ਪੁੱਤ, ਐ ਨਹੀਂ ਕਰਦੇ ਹੁੰਦੇ, ਮੈਨੂੰ ਤਾਂ ਉਹਦੇ ਐਵੇਂ ਲੱਛਣ ਠੀਕ ਨਹੀਂ ਲੱਗਦੇ ਕੁੜੀ ਦੇ। ਤੈਨੂੰ ਕਰਮਜੀਤ, ਏ ਕਰਮਜੀਤ ਵੀ ਉਹ ਤਾਂ ਜ਼ਿਆਦਾ ਕਲੇਸ਼ ਵਧਾਊਗੀ। ਉਰੇ ਆ। ਕੀ ਹੋ ਗਿਆ? ਮੇਰੀ ਗੱਲ ਸੁਣ ਲੈ, ਜੇ ਟੀਕੇ ਬੈਠੇ ਨੇ ਤੇ ਬਹਿ ਜਾ, ਨਹੀਂ 2 ਮਾਰੂ ਚਟਾ ਕੇ ਮੂੰਹ ਤੇ। ਕੀ ਹੋ ਗਿਆ ਭਾਬੀ? ਕਿਉਂ ਮੇਰੀ ਭੈਣ ਤੇ ਕਰੀ ਜਾਂਦੇ ਤੂੰ ਪੁੱਠੇ ਸਿੱਧੀਆਂ ਹਰਕਤਾਂ? ਤੂੰ ਕਰਮ ਜੀ ਤੇ ਚੱਜ ਨਾਲ ਤਾਂ ਬੋਲ, ਐਂ ਕਾਹਤੋਂ ਬੋਲਦੀ ਐ? ਕੀ ਗੱਲ ਹੋ ਗਈ? ਆਰਾਮ ਨਾਲ ਕਰ ਸਕਦੇ ਹੋ ਇਹ ਤੁਸੀਂ? ਬੜਾ ਕਦੇ ਆਪਣੇ ਕੋਲ ਲੱਛਣ ਇਹਦੇ ਦੇਖ। ਮੈਂ ਕੀ ਕੀਤਾ ਐ, ਆ ਕਰਦੀ ਐ ਕਦੇ ਨੰਬਰ ਮੰਗਦੀ ਐ, ਕਦੇ ਕਹਿੰਦੀ ਰਿਚਾਰਜ ਕਰਾ, ਕਦੇ ਕੁਛ। ਬੇ ਬਹਿ ਜਾ, ਕਦੋਂ ਨੰਬਰ ਲਿੱਤਾ ਤੇਰਾ? ਮੈਂ ਐਵੇਂ ਬਕਵਾਸ ਕਰੀ ਜਾਂਦਾ? ਲੈ ਦੇਖ ਲੈ, ਐਂ ਬੋਲਦੇ ਹੁੰਦੇ ਨੇ? ਇਹ ਕੁੜੀ ਨੂੰ ਬੋਲਣ ਦਾ ਢੰਗ ਹੈਗਾ? ਉਹ ਕਹਿੰਦੀ ਮੈਂ ਪੜ੍ਹਦੀ ਆ। ਮੇਰੀ ਗੱਲ ਸੁਣ ਲੈ, ਮੇਰੀ ਭੈਣ ਇਹੀ ਜੀ ਨਹੀਂ ਹੈਗੀ, ਇਹਨੂੰ ਸੁਧਾਰ ਕੇ ਰੱਖੋ, ਆ ਬੁੱਗ ਪਿੰਨ ਜੇ ਕਿਸੇ ਹੋਰ ਤੋਂ ਵੀ ਚਿੱਤਰ ਖਾ ਕੇ ਆਊਗਾ। ਭਾਬੀ ਕੱਲ ਜਦੋਂ ਪੋਚਾ ਲਾਉਂਦੀ ਸੀ ਨੀ ਆਪ ਨੰਬਰ ਮੰਗਿਆ, ਅਖੇ ਕਦੇ ਸਹਿਣ ਤਾਂ ਮਰਦੀ ਕਦੇ ਕੁਛ, ਮੈਂ ਅਜਿਹਾ ਹੈ ਨੀਗਾ। ਮੈਨੂੰ ਪਤਾ ਹੈਗਾ ਵੀ ਤੂੰ ਕਿਹਾ ਜਾਏਗਾ ਨਾ ਮੇਰੀ ਭੈਣ ਕਹੀ ਜੀ ਹੈ। ਉਹ ਝੂਠ ਥੋੜੋ ਬੋਲੂਗੀ, ਹਰੇਕ ਨੂੰ ਇੱਜ਼ਤ ਪਿਆਰੀ ਹੁੰਦੀ ਆਪ ਦੀ। ਵਾਹ ਭਾਈ ਵਾਹ, ਭਾਬੀ ਦੀ ਭੈਣ ਆ, ਤੁਸੀਂ ਤਾਂ ਗੱਲ ਮੰਨ ਲਈ, ਭਰਾ ਦੀ ਨਾ ਮੰਨਿਓ। ਪੁੱਤ ਤੂੰ ਇਹਦੀ ਵੀ ਸੁਣਦਾ ਗੱਲ, ਤੂੰ ਤਾਂ ਉਹਨਾਂ ਦੀ ਪੱਖ ਕਰੀ ਜਾਂਦਾ, ਆਪਣੇ ਭਾਈ ਦੇ ਬਾਰੇ ਵੀ ਸੋਚ ਕੁਛ। ਉਹ ਮੈਂ ਬਾਕੀ ਕਿਸੇ ਦੇ ਨਹੀਂ ਕਰਦਾ, ਇਹਨੇ ਦੱਸੀ ਮੈਨੂੰ ਕਿਹੜੀ ਕੁੜੀ ਹੈ ਜਿਹੜੀ ਆਪਣੇ ਆਪ ਨੂੰ ਐ ਗਲਤ ਕਹੇ। ਦੱਸ, ਝੂਠਾ ਬਦਨਾਮ ਕਰਦੀ ਹੈ ਇਹ, ਮੈਂ ਕੁਛ ਨਹੀਂ ਕੀਤਾ। ਠੀਕ ਹੈ ਬਾਈ, ਇਹ ਤੋਂ ਧਰਦੂ ਕੰਨ ਤੇ ਲਾ ਦੇ। ਗੱਲ ਸੁਣ, ਕੋਈ ਕਹਿੰਦੀ ਉਹਨੂੰ, ਗੱਲ ਸੁਣ ਗੱਲ ਸੁਣ, ਅੱਜ ਦੇ ਬਾਅਦ ਆਪਦੀਆਂ ਤਾਂ ਚੰਗੀਆਂ ਲੱਗਦੀਆਂ। ਓਏ, ਅੱਜ ਦੇ ਬਾਅਦ ਨਾ ਤਾਂ ਇਹਨੂੰ ਬੁਲਾਉਣਾ ਨਾ ਤਾਂ ਇਹਨੂੰ ਬੁਲਾਉਣਾ, ਠੀਕ ਹੈ? ਤੂੰ ਇੱਥੇ ਦੇਖ ਲੈ ਪੁੱਤ, ਕਰਮਜੀਤ ਆਪਣੀ ਭੈਣ ਦੀ ਤਾਂ ਕਿਵੇਂ ਮੇਰ ਕਰਦੀ ਆ, ਤੂੰ ਆਪਣੇ ਭਾਈ ਦੀ ਨਹੀਂ ਮੇਰ ਕਰ ਸਕਦਾ ਹੈਗਾ?
ਹੈ ਜਦ ਉਹ ਉਹਦੀ ਸੁਣਦੀ ਹੈ ਤੂੰ ਆਪਣੇ ਭਾਈ ਦੀ ਵੀ ਸੁਣ ਲੈ ਉਹ ਭਾਈ ਕੀ ਕਰੇ ਤੇਰਾ ਛੋਟਾ ਭਾਈ ਆ ਉਹ ਇਹ ਭਾਈ ਚੱਜ ਦਾ ਹੋਊਗਾ ਤਾਂ ਹੀ ਮੇਰ ਕਰੂਗਾ ਪਤਾ ਹੀ ਹੈ ਸਾਨੂੰ ਇਹਦੇ ਅਜਾ ਭਾਬੀ ਮੈਂ ਜੀਆਂ ਤਾਂ ਕਰਾਉਣੀਆਂ 20 ਫਿਰਦੀਆਂ ਇਹ ਸਭ ਆਪ ਫਿਰਦੀਆਂ ਮਗਰ ਤੂੰ ਕੱਲ ਵੀ ਮੇਰੇ ਤੋਂ ਬੇਇੱਜ਼ਤੀ ਕਰਾ ਕੇ ਹਟਿਆ ਸੀ ਤੇ ਅੱਜ ਵੀ ਉਹ ਜਾ ਜਾ ਤੂੰ ਆਪਦਾ ਚੱਲ ਚੁੱਪ ਕਰ ਚੁੱਪ ਕਰ ਚੱਲ ਹੁਣ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਦੇ ਪੁੱਤ ਇਹ ਚਿੱਤਰ ਖਾਏ ਬਿਨਾ ਕਾਹਨੂੰ ਟਿਕਦਾ ਰਾਣ ਮੇਰੀ ਗੱਲ ਸੁਣ ਇਹਨੂੰ ਬੁਲਾਉਣ ਦੀ ਲੋੜ ਨਹੀਂ ਦੇਖਣਾ ਵੀ ਨਹੀਂ ਇਹ ਗੰਦੇ ਬੰਦੇ ਨਾ ਭੈਣੇ ਮੈਂ ਕਦੋਂ ਇਹਨੂੰ ਬੁਲਾਇਆ ਆ ਬੁਲਾਉਣ ਦੀ ਲੋੜ ਨਹੀਂ ਹੈਗੀ ਇਹ ਜੇ ਬੰਦੇ ਨਹੀਂ ਕਰਮਜੀਤ ਮੈਂ ਬੁਲਾ ਕੇ ਕੀ ਲੈਣਾ ਤੂੰ ਚੁੱਪ ਕਰ ਜਾ ਵੇ ਤੂੰ ਨਹੀਂ ਕਰਨੀ ਤੇ ਮੇਰੀ ਗੱਲ ਸੁਣ ਤੂੰ ਕਾਹਨੂੰ ਜਲੂਸ ਕੱਢਦੇ ਹੋ ਕਾਹਨੂੰ ਯਾਦ ਹੁੰਨੇ ਹੋ ਤੂੰ ਆਪਣੀ ਭੈਣ ਨੂੰ ਸਮਝਾ ਚੁੱਪ ਕਰਕੇ ਮੈਂ ਤਾਂ ਕਹਿੰਦੀ ਇਹਦਾ ਚਲਾਕਾ ਆ ਕੇ ਬਿਸਤਰਾ ਇਹਨੂੰ ਤੋਰ ਆਪਣੇ ਘਰ ਨੂੰ ਇਹਨੂੰ ਵੀ ਆਪਾਂ ਸਮਝਾਵਾਂਗੇ ਆਲੇ ਦਾਲਾ ਸੁਣ ਦੂਗਾ ਕੀ ਕਹੂਗਾ ਤੁਹਾਨੂੰ ਗਲੀ ਗਵਾਂਢ ਮੇਰੀ ਭੈਣ ਤਾਂ ਤੁਹਾਨੂੰ ਬੁਰੀ ਲੱਗਣ ਲੱਗ ਗਈ ਛੇਤੀ ਇਹਨੂੰ ਭੇਜ ਬੋਰੀ ਬਿਸਤਰਾ ਚ ਕਾ ਕੇ ਇਹਨੂੰ ਨਾ ਸਮਝਾਈ ਤੂੰ ਕੱਲ ਨੂੰ ਕੋਈ ਬਗਾਨੀ ਕੁੜੀ ਆ ਗਈ ਥੂ ਥੂ ਹੋ ਜੂਗੀ ਤੁਹਾਡੀ ਉਹ ਚਲੋ ਛੱਡੋ ਹੁਣ ਛੱਡੋ ਕਲੇਸ਼ ਨੂੰ ਗੱਲ ਖਤਮ ਕਰੋ ਚਲ ਜਾਓ ਤੁਸੀਂ ਜਾਓ ਕਮਰੇ ਚ ਪੁੱਤ ਇਹਨੇ ਚਲ ਭਾਬੀ ਉਹ ਚਲ ਤੂੰ ਵੀ ਚਲ 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 ਤੂੰ ਵੀ ਚਲ ਪੁੱਤ ਤੂੰ ਇਹਨਾਂ ਦੋਹਾਂ ਭੈਣਾਂ ਨੂੰ ਜਾਣਦਾ ਤਾਂ ਹੈਗਾ ਇਹ ਤਾਂ ਕਲੇਸ਼ ਵਧਾ ਕੇ ਹਟਣਗੇ ਜਾ ਤੂੰ ਸਮਝਾ ਦੇ ਉਹਨਾਂ ਨੂੰ ਉਹ ਫਿਰ ਮੈਂ ਹੁਣ ਦੱਸ ਕਿਆ ਕਰਾਂ ਇਹਦੀ ਸੁਣਾ ਇਹ ਚੰਗਾ ਲੱਗਦਾ ਉਹਦੀ ਸੁਣਾ ਉਹ ਚੰਗੇ ਲੱਗਦੇ ਹੈਗੇ ਮੈਂ ਕਿੱਧਰ ਨੂੰ ਜਾਵਾਂ ਸੁੱਖ ਨੂੰ ਤਾਂ ਮੈਂ ਪੁੱਛਦੀ ਆ ਬਿਠਾ ਕੇ ਇਹਨੇ ਤਾਂ ਛਿੱਤਰ ਮੈਂ ਫੇਰੂੰਗੇ ਫਿਰ ਅੱਛਾ ਤੂੰ ਉਹਨੂੰ ਸਮਝਾ ਮਾੜਾ ਜਾ ਹੋਰ ਨਾ ਕਿਤੇ ਕਲੇਸ਼ ਵਧਾ ਲਿਓ ਦੱਸ ਰੱਬਾ ਕੀ ਕਰੀਏ ਕਿਹਾ ਜਿਹਾ ਟਾਈਮ ਆ ਗਿਆ ਦੱਸ ਨਾਲੇ ਤਾਂ ਘਰੇ ਰਹਿੰਦੀ ਆ ਨਾਲੇ ਪੁੱਤਾਂ 'ਚ ਲੜਾਈ ਕਰਵਾਤੀ ਹਾਏ ਹਾਏ ਰੱਬਾ ਕਿੱਧਰ ਨੂੰ ਜਾਈਏ ਦੱਸ ਮੇਰੇ ਤਾਂ ਖਬਰਾਂ ਪੜ੍ਹ ਕੇ ਹੀ ਮਨ ਖਰਾਬ ਹੋ ਗਿਆ ਸੀ ਇਹਨਾਂ ਨੇ ਹੋਰ ਨਵੀਆਂ ਖਬਰਾਂ ਦੇ ਤੀਆਂ ਬਹੁਤ ਮਾੜੇ ਟਾਈਮ ਆ ਗਏ ਕੀ ਹੋ ਗਿਆ ਕੁਛ ਨਹੀਂ ਵੀਰੇ ਡਿੱਗ ਪਿਆ ਮੋਟਰ ਸਾਈਕਲ ਸਲਿੱਪ ਕਰ ਗਿਆ ਸੀ ਉਹ ਤੇ ਸੱਟ ਤਾਂ ਲੱਗੀ ਬਹੁਤੀ ਨਹੀਂ ਨਹੀਂ ਦਿਖਾਇਆ ਡਾਕਟਰ ਨੂੰ ਕਹਿੰਦਾ ਠੀਕ ਆ ਉੱਤੇ ਮਾਸ ਪੱਟੇ ਕਹਿੰਦਾ ਉਹ ਦੇਖ ਕੇ ਚਲਾ ਲਿਆ ਕਰੋ ਬਾਈ ਕੁਛ ਨਹੀਂ ਹੈ ਰੋੜੀਆਂ ਤੋਂ ਤਿਲਕ ਗਿਆ ਚਲ ਰਾਣੋ ਹਾਂਜੀ ਜੀ ਮੈਂ ਗੱਲ ਕਰਨੀ ਸੀ ਇੱਕ ਹਾਂਜੀ ਦੱਸੋ ਮੈਨੂੰ ਐਂ ਦੱਸ ਆਹ ਕੁਝ ਕੁ ਦਿਨ ਪਹਿਲਾਂ ਬਾਜ਼ਾਰ ਦੇ ਵਿੱਚ ਤੇਰਾ ਤੇ ਸੁੱਖ ਦਾ ਕੋਈ ਗੱਲਬਾਤ ਕੋਈ ਝਗੜਾ ਹੋਇਆ ਸੀ ਹਾਂਜੀ ਜੀਜਾ ਜੀ ਕੀ ਗੱਲ ਸੀ ਇਹ ਜੀਜਾ ਜੀ ਉਸ ਦਿਨ ਤੋਂ ਬਾਅਦ ਨਾ ਮੇਰੇ ਮਨ ਨੂੰ ਬਹੁਤ ਟੈਂਸ ਪਹੁੰਚੀ ਮੈਂ ਉਹਨੂੰ ਮਿਲਣ ਨਹੀਂ ਗਈ ਸੀ ਬਦਲਾ ਲੈਣ ਗਈ ਸੀ ਭੈਣ ਨੇ ਕਿਹਾ ਸੀ ਉਰੇ ਕਿਤੇ ਪਾਈਪ ਆਈ ਪਾਣੀ ਵਾਲੀ ਪਾਈਪ ਦਿਖਦੀ ਤਾਂ ਹੈ ਨਹੀਂ ਕਿਤੇ ਕੀ ਖੱਟਿਆ ਘਰੇ ਦੱਸ ਕੇ ਕਰਾ ਲਈ ਪਤਾ ਨਾਮੀ ਉਹ ਮੇਰਾ ਘਰ ਆ ਮੇਰਾ ਕੁਛ ਨਹੀਂ ਗਿਆ ਨਾ ਮੈਨੂੰ ਵੀਰੇ ਨੇ ਕਿਹਾ ਨਾ ਮਾਤਾ ਨੇ ਬਹਿ ਗਈ ਦੱਸ ਕੇ ਚੰਗਾ ਸੀ ਇਹਦੇ ਚੁੱਪ ਚਪੀਤੇ ਹਾਂ ਕਰ ਦਿੰਦੀ ਬਦਨਾਮੀ ਕਰਾ ਕੇ ਬੈਠੀ ਹਾਂ ਮੈਨੂੰ ਵੀ ਫੀਲ ਹੋ ਰਿਹਾ ਮੈਂ ਗਲਤ ਕੀਤਾ ਜੋ ਵੀ ਕੀਤਾ ਮੇਰੀ ਗੱਲ ਸੁਣ ਘਰੇ ਤਾਂ ਮੈਂ ਕੋਈ ਗੱਲ ਕਰ ਨਹੀਂ ਸਕਦੀ ਸ਼ਾਮ ਨੂੰ ਮੈਂ ਬਾਹਰ ਜਾਣਾ ਤੂੰ ਮੈਨੂੰ ਉੱਥੇ ਮਿਲ ਠੀਕ ਆ ਕੋਈ ਨਹੀਂ ਦੱਸੂ ਤੈਨੂੰ ਵੀ ਮੈਨੂੰ ਪਤਾ ਉਰੇ ਕਿਸੇ ਨੇ ਮੇਰੀ ਸੁਣਨੀ ਨਹੀਂ ਤਾਂ ਕਰਕੇ ਮੈਨੂੰ ਬਹਾਨੇ ਸਿਰ ਬੁਲਾਇਆ ਜੇ ਮੈਂ ਇੱਥੇ ਹੋਰ ਕਲੇਸ਼ ਪਾਉਂਦੀ ਮੇਰੀ ਭੈਣ ਦਾ ਘਰ ਖਰਾਬ ਹੁੰਦਾ ਸੀ ਹਾਈ ਰਾਣੋ ਤੂੰ ਮੈਨੂੰ ਤਾਂ ਦੱਸ ਦਿੰਦੀ ਉਹ ਨਾਲੇ ਬਾਜ਼ਾਰ 'ਚ ਕੀ ਹੋਇਆ ਮੈਂ ਦੱਸਦਾ ਬਾਜ਼ਾਰ 'ਚ ਕੀ ਹੋਇਆ ਕੁਝ ਕੁ ਦਿਨ ਪਹਿਲਾਂ ਦੀ ਗੱਲ ਹੈਗੀ ਬਾਜ਼ਾਰ ਦੇ ਵਿੱਚ ਕਿਤੇ ਰਾਣੋ ਹੋਣੀ ਠੀਕ ਆ ਤੂੰ ਦੱਸ ਕੀ ਗੱਲ ਕਰਨੀ ਗੱਲ ਤਾਂ ਮੈਂ ਕਰਨੀ ਹੈ ਤੂੰ 2 ਮਿੰਟ ਪਾ ਪਾਜੀ ਆ ਦੇਖੇ ਮੈਨੂੰ ਛੇੜਦਾ ਵਾ
ਕਟਾਈ ਕਰਨ ਤੋਂ ਬਾਅਦ ਉੱਥੋਂ ਤੇ ਇਹ ਤਾਂ ਨਿਕਲ ਗਈ ਸੁੱਖ ਬਾਅਦ ਚ ਆਇਆ ਪਰ ਜਿਜੇ ਤੁਹਾਨੂੰ ਕਿਵੇਂ ਪਤਾ ਲੱਗਾ ਜਿਸ ਟਾਈਮ ਇਹ ਸਾਰਾ ਕੰਮ ਹੋ ਰਿਹਾ ਸੀ ਨਾ ਉਹਦੇ ਇਕੱਠ ਦੇ ਵਿੱਚ ਮੇਰਾ ਦੋਸਤ ਵੀ ਸੀ ਉਹ ਦੋਸਤ ਨੇ ਸਾਰੀ ਵੀਡੀਓ ਬਣਾ ਲਈ ਵੀਡੀਓ ਬਣਾਉਣ ਤੋਂ ਬਾਅਦ ਉਹਨੇ ਮੈਨੂੰ ਦਿਖਾਈ ਮੈਨੂੰ ਕਹਿੰਦਾ ਆ ਦੇਖ ਤੇਰੇ ਭਰਾ ਨਾਲ ਕੀ ਹੋ ਰਿਹਾ ਕਿਸੇ ਕੁੜੀ ਨੂੰ ਛੇੜ ਰਿਹਾ ਹੈਗਾ ਇਹ ਅਤੇ ਮੈਂ ਉਹਨੂੰ ਦੱਸਿਆ ਵੀ ਇਹ ਕੁੜੀ ਇਹ ਮੇਰੀ ਸਾਲੀ ਹੈਗੀ ਫਿਰ ਮੈਂ ਸਾਰਾ ਤੇਰਾ ਪਲੈਨ ਸਮਝ ਗਿਆ ਮੈਂ ਕਿਹਾ ਇਹ ਜਾਣ ਕੇ ਬਾਹਰ ਬੁਲਾਇਆ ਗਿਆ ਹੈਗਾ ਜਾਣ ਕੇ ਇਹਦੀ ਕਟਾਈ ਕਰਵਾਈ ਹੈਗੀ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਹੈਗਾ ਉਹ ਤਾਂ ਹੀ ਉਹ ਲੰਘ ਜਿਹਾ ਮਾਰਦਾ ਫਿਰਦਾ ਸੀ ਦੇਖ ਲਾ ਆ ਕੇ ਝੂਠ ਬੋਲਿਆ ਕਹਿੰਦੇ ਮੇਰੇ ਤਾਂ ਐਕਸੀਡੈਂਟ ਹੋ ਗਿਆ ਫਿਰ ਦੱਸਦਾ ਕੀ ਝੂਠ ਤਾਂ ਪਹਿਲੇ ਦਿਨ ਤੋਂ ਬੋਲ ਰਿਹਾ ਹੈਗਾ ਪਹਿਲੇ ਦਿਨ ਤੇ ਉਹਨੂੰ ਤੰਗ ਕਰਦਾ ਆ ਰਿਹਾ ਉਹ ਊਂ ਤਰ੍ਹਾਂ ਉਹਨੇ ਤਾਂ ਵਧੀਆ ਕੀਤਾ ਜਿਹੜੇ ਉਹਦੇ ਛਿੱਤਰ ਮਰਵਾ ਤੇ ਘਰੇ ਤਾਂ ਮੰਮੀ ਨਾ ਉਹਨੂੰ ਮਾੜਾ ਜਿਹਾ ਨਹੀਂ ਕੁਛ ਕਹਿਣ ਦਿੰਦੀ ਤੁਸੀਂ ਫਿਕਰ ਨਾ ਕਰੋ ਮੰਮੀ ਵੀ ਕਹੂਗੀ ਉਹ ਵੀਡੀਓ ਦੀ ਕਾਪੀ ਮੇਰੇ ਕੋਲ ਹੈਗੀ ਹੈ ਮੈਂ ਮੰਮੀ ਨੂੰ ਜਾ ਕੇ ਦਿਖਾਉਣਾਗਾ ਅਤੇ ਮੰਮੀ ਆਪ ਪੁੱਛੂਗੀ ਸਾਰਾ ਕੁਛ ਉਹਨੂੰ ਠੀਕ ਹੈ ਚਲ ਆ ਜਾਓ ਗੱਲ ਕਰਦੇ ਮੰਮੀ ਨਾਲ ਬੰਦ ਕਰਦੇ ਦੱਸ ਗਰਮੀ ਕਾਹਦੀ ਵੱਧ ਗਈ ਸਾਰੇ ਬੂਟੇ ਸੁੱਕ ਗਏ ਇਹਨਾਂ ਨੇ ਤਾਂ ਕਿਸੇ ਨੇ ਧਿਆਨ ਨਹੀਂ ਦੇਣਾ ਉਹ ਆਈ ਵੀ ਆ ਨਾਲੇ ਮੰਜਾ ਲਾ ਕਿਸੇ ਕੰਮ ਨੂੰ ਹੱਥ ਲਾ ਲਵੇ ਯਾਰ ਭੈਣ ਨੂੰ ਨਹੀਂ ਆਰਤ ਰਾਣੋ ਕਿਤੇ ਕਰੋ ਸਾਰਾ ਦਿਨ ਬੁੜਬੁੜ ਨਾ ਕਰਿਆ ਕਰੋ ਬੀਬੀ ਘੱਟ ਵੱਧ ਜਾਊਗਾ ਨੁਕਸਾਨ ਹੋ ਜਾਊਗਾ ਬੇ ਕੀ ਹੋ ਗਿਆ ਪੁੱਤ ਤੂੰ ਵੀ ਤਾਂ ਆ ਟਾਈਮ ਗੁੱਸਾ ਕਰਦਾ ਰਹਿਣਾ ਗੁੱਸਾ ਨਹੀਂ ਉਹਨੂੰ ਬਲਾ ਸੁੱਖ ਨੂੰ ਕਿੱਥੇ ਗਾ ਉਹ ਬੇ ਅੱਜ ਵੀ ਕੁਛ ਕਰਤਾ ਸੁੱਖ ਨੇ ਕੀ ਗੱਲ ਹੋ ਗਈ ਅੱਜ ਤਾਂ ਉਹਨੇ ਇਹੋ ਜਿਹਾ ਕੁਛ ਕਰਤਾ ਕਿ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਤਾਂ ਉਹਨੂੰ ਬਲਾ ਕਿੱਥੇ ਹੈ ਬੂ ਮੈਂ ਮਰ ਜਾਵੇ ਦੱਸ ਬੇ ਪੁੱਤ ਕੀ ਹੋ ਗਿਆ ਖੜ ਜਾ ਇੱਕ ਮਿੰਟ ਐ ਨਹੀਂ ਮੰਮੀ ਤੁਸੀਂ ਮੰਨਣਾ ਤੁਸੀਂ ਉਦਣ ਵੀ ਨਹੀਂ ਮੰਨੇ ਤੇ ਆਹ ਵੀਡੀਓ ਦੇਖੋ ਦੇਖ ਮੰਮੀ ਹਾਏ ਹਾਏ ਪੜਦੇ ਪਾਉਂਦੇ ਤੇ ਨਾ ਉਹ ਤੇ ਦੇਖੋ ਵੀ ਮੈਂ ਮਰ ਜਾ ਬੇ ਪੁੱਤ ਇਹ ਤਾਂ ਉਹੀ ਹੈ ਹਾਂ ਆਹ ਸੁੱਖ ਹੈ ਆਹ ਰਾਣੋ ਹੈ ਆਹ ਲੋਕ ਇਹਨੂੰ ਕੁੱਟ ਰਹੇ ਨੇ ਮੈਂ ਮਰ ਜਾ ਬੇ ਪੁੱਤ ਤਾਂ ਹੀ ਕਹਿੰਦਾ ਤੇ ਮੇਰੀ ਬਾਹ ਦੁਖਦੀ ਹੈ ਹਾਂ ਇਹ ਉਦਣ ਲੋਕਾਂ ਤੋਂ ਕੁੱਟ ਕੇ ਆਇਆ ਹੈਗਾ ਇਹ ਹੁਣ ਤੁਸੀਂ ਦੱਸੋ ਵੀ ਸੁੱਖ ਝੂਠ ਬੋਲਦਾ ਤਾਂ ਘਰਾਣੋ ਝੂਠ ਬੋਲਦੇ ਅਸੀਂ ਝੂਠ ਬੋਲ ਦਿੱਤੇ ਬੇ ਪੁੱਤ ਇਹ ਤਾਂ ਇਹਨੇ ਬਹੁਤ ਸ਼ਰਮਨਾਕ ਗੱਲ ਕਰੀ ਹੈ ਠੀਕ ਹੈ ਇਹ ਪਤਾ ਕਿਉਂ ਹੋਇਆ ਇਹ ਕਿਉਂ ਹੋਇਆ ਇਹ ਜਦੋਂ ਇਹ ਪਚਰੀ ਕਿਸੇ ਨੇ ਸੁਣੀ ਨਹੀਂ ਨਾ ਗੱਲ ਫਿਰ ਇਹਨਾਂ ਧੋਖੇ ਨਾਲ ਬਾਹਰ ਬੁਲਾ ਕੇ ਨਾ ਕੰਮ ਕਰਿਆਗਾ ਵੀ ਤੁਹਾਡੀਆਂ ਅੱਖਾਂ ਖੁੱਲ ਜਾਣ ਦੱਸ ਪੁੱਤ ਇਹ ਤਾਂ ਉਹਨੇ ਬਹੁਤ ਸ਼ਰਮ ਦੀ ਗੱਲ ਕਰੀ ਹੈ ਬਹੁਤ ਠੀਕ ਹੈ ਉਹਨੂੰ ਬੁਲਾਓ ਹੁਣ ਆ ਕੇ ਤੋਂ ਮਾਫ਼ੀ ਮੰਗੂਗਾ ਸੁੱਖ ਇੱਧਰ ਆ ਗੱਲ ਸੁਣ ਪੁੱਤ ਜਲਦੀ ਆ ਕੇ ਬਾਹਰ ਹੀ ਬੈਠਾ ਲੈ ਕੁਰਸੀ ਡਾਹੀ ਹੁਣ ਕਾਹਨੂੰ ਆਜੂਗਾ ਉਰੇ ਆਵੇ ਮੇਰੇ ਤਾਂ ਹੌਲ ਪੈ ਗਿਆ ਐਂ ਦੱਸ ਆ ਕੀ ਹੋਇਆ ਤੈਨੂੰ ਐਕਸੀਡੈਂਟ ਹੋਇਆ ਬਾਈ ਇੱਧਰ ਖੜਾ ਕੇ ਇੱਧਰ ਝੂਠ ਨਾ ਬੋਲ ਤੂੰ ਗੱਲ ਦੱਸ ਸਿੱਧੀ ਕੀ ਹੈ ਦੱਸ ਕੀ ਕਹਿਣਾ ਤੇਰਾ ਵੀਰਾ ਗੱਲ ਸੱਚ ਨਹੀਂ ਹੈ ਇਹ ਖੜ ਜਾਏ ਨਹੀਂ ਮੰਨਣਾ ਨੇ ਆ ਕੀ ਹੈ ਮੈਂ ਤੈਨੂੰ ਜਮਾ ਸ਼ਰਮ ਨਹੀਂ ਆਈ ਭੋਰਾ ਕੀ ਹੈ ਇਹ ਹੁਣ ਅੱਖਾਂ ਫੇਰਦਾ ਇੱਧਰ ਕਰ ਗੱਲ ਹੁਣ ਵੀ ਕਹਿ ਦੇ ਮੈਂ ਨਹੀਂ ਹੈਗਾ ਇਹ ਤਾਂ ਹੋਰ ਹੈ ਇਹ ਰਾਣੋ ਨਹੀਂ ਹੈ ਹੋਰ ਹੈ ਬੇ ਤੂੰ ਸਭ ਨੂੰ ਪਾਗਲ ਬਣਾਉਂਦਾ ਰਿਹਾ ਹੈ ਹੁਣ ਚੱਕ ਨੀਵੀਂ ਹੁਣ ਕਾਤੇ ਨੀਵੀਂ ਪਾਈ ਖੜੇ ਤੂੰ ਭਾਬੀ ਗਲਤੀ ਹੋ ਗਈ ਦੇਖ ਲੈ ਗਲਤੀ ਹੋ ਗਈ ਉਹ ਬਚਰੀ ਦੀ ਇੱਜ਼ਤ ਨਹੀਂ ਕੋਈ ਹੈ ਐਡਾ ਬੜਾ ਕੰਮ ਕਰਕੇ ਤੂੰ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਤੈਨੂੰ ਸ਼ਰਮ ਹੈ ਨਹੀਂ ਪੋਰਾ ਮਾੜੀ ਮੋਟੀ ਇੱਧਰ ਰੱਖ ਮਲਾ ਮੰਮੀ ਮੈਂ ਰਾਣੋ ਤੋਂ ਵੀ ਮਾਫੀ ਮੰਗਦਾ ਰਾਣੋ ਗਲਤੀ ਹੋ ਗਈ ਮੇਰੇ ਤੋਂ ਗੱਲ ਸੁਣ ਮੇਰੀ ਇਹ ਗਲਤੀ ਤੇਰੀ ਘੱਟ ਹੈ ਮੰਮੀ ਗਲਤੀ ਤੁਹਾਡੀ ਜ਼ਿਆਦਾ ਤੁਸੀਂ ਉਦਣ ਨਾ ਜੇ ਇਹਦੀ ਗਲਤੀ ਦੇ ਪਰਦਾ ਨਾ ਪਾਇਆ ਹੁੰਦਾ ਤਾਂ ਸ਼ਾਇਦ ਹਰਕਤ ਨਾ ਹੁੰਦੀ ਅੱਧਾ ਤਾਂ ਤੁਸੀਂ ਉਹਲੇ ਚੜਾ ਰੱਖਿਆ ਗਾ ਇਹ ਮੇਰੇ ਪੁੱਤ ਮੈਨੂੰ ਤਾਂ ਐਂ ਲੱਗੀ ਗਿਆ ਵੀ ਮੇਰਾ ਪੁੱਤ ਤਾਂ ਸੱਚ ਬੋਲਦਾ ਹੋਣਾ ਆਪਣੇ ਮੁੰਡੇ ਤਾਂ ਸਭ ਨੂੰ ਸੱਚੇ ਲੱਗਦੇ ਆ ਦੂਜੇ ਦੀ ਕੁੜੀਆਂ ਦਾ ਤੁਹਾਨੂੰ ਐਂ ਲੱਗਦੀ ਕਿਉਂਕਿ ਉਹ ਪਰਾਈਆਂ ਨੇ ਨਾ ਪੁੱਤ ਮੈਂ ਤਾਂ ਆਪ ਬਹੁਤ ਵੱਡੀ ਗਲਤੀ ਹੋ ਗਈ ਇਹਦੀਆਂ ਗੱਲਾਂ 'ਚ ਆ ਗਈ ਮੈਂ ਤਾਂ ਤੁਸੀਂ ਨਾਲੇ ਮੰਮੀ ਹਰ ਟਾਈਮ ਇਹਦੋਂ ਚਿੜੀ ਜਾਂਦੇ ਹੋ ਉਹ ਤੋਂ ਚਿੜੀ ਜਾਂਦੇ ਹੋ ਉਹ ਤਾਂ ਵਿਚਾਰੀ ਆਪਣਾ ਟਾਈਮ ਕਢਾਉਣ ਆਈ ਹੋਈ ਹੈਗੀ ਹੈ ਉਹਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਵਿਚਾਰੀ ਆਪਣਾ ਕੰਮ ਕਾਰ ਛੱਡ ਕੇ ਆਪਣੀ ਪੜ੍ਹਾਈ ਛੱਡ ਕੇ ਆਪਣੀ ਭੈਣ ਕੋਲੋਂ ਕੰਮ ਕਰਾਉਣ ਆਈ ਹੈਗੀ ਦੇ ਪੁੱਤ ਤੇਰੀ ਗੱਲ ਬਿਲਕੁਲ ਸਹੀ ਹੈ ਉਹ ਤਾਂ ਆਪਣੀ ਭੈਣ ਦਾ ਟਾਈਮ ਕਢਾਉਣ ਆਈ ਹੈ ਉਹਨੂੰ ਤਾਂ ਵਿਚਾਰੀ ਨੇ ਆਪਣਾ ਔਖਾ ਟਾਈਮ ਕਢਾਇਆ ਪਰ ਮੈਂ ਉਹਦੀਆਂ ਗੱਲਾਂ 'ਚ ਆ ਗਈ ਨਾਲੇ ਗੱਲ ਸੁਣੋ ਮਾਫ਼ੀ ਮੰਗ ਰਾਣੋ ਗਲਤੀ ਹੋ ਗਈ ਅੱਗੇ ਤੋਂ ਨਹੀਂ ਆਉਂਦਾ ਕਦੇ ਭਾਬੀ ਤੁਸੀਂ ਵੀ ਮਾਫ਼ ਕਰ ਦਿਓ ਮੰਮੀ ਮੈਂ ਵੀ ਤੁਹਾਡੀਆਂ ਨਜ਼ਰਾਂ 'ਚ ਡਿੱਗ ਗਿਆ ਮੈਨੂੰ ਵੀ ਮਾਫ਼ ਕਰ ਦਿਓ ਚੱਲ ਪੁੱਤ ਅੱਗੇ ਤੋਂ ਨਾ ਕੋਈ ਇਹੋ ਜਿਹੀ ਗਲਤੀ ਕਰ ਲਈ ਵੀਰੇ ਤੁਸੀਂ ਹੀ ਮਾਫ਼ ਕਰੋ ਚੱਲ ਕੋਈ ਨਹੀਂ ਘਰ ਦੀ ਧੀ ਭੈਣ ਘਰ ਦੀ ਇੱਜ਼ਤ ਹੁੰਦੀ ਹੈ ਇਹਨੂੰ ਆਪਾਂ ਘਰ ਦੇ ਵਿੱਚ ਰੱਖੀਏ ਤਾਂ ਵਧੀਆ ਲੱਗਦੀ ਹੈਗੀ ਜਦੋਂ ਇਹ ਘਰ ਤੋਂ ਬਾਹਰ ਜਾਂਦੀ ਨਾ
ਉਹਦੀ ਬਦਨਾਮੀ ਆਪਣੀ ਹੁੰਦੀ ਹੈ। ਹੁਣ ਤੂੰ ਹਰਕਤ ਕਰੀ ਹੈ, ਵੀਡੀਓ ਬਣ ਗਈ, ਕਿੰਨਿਆਂ ਕੋਲ ਗਈ ਹੋਣੀ ਵੀਡੀਓ, ਉਹ ਬਦਨਾਮੀ ਕਿਹਦੀ ਹੋਈ ਜਾਏਗੀ, ਸਾਡੀ ਬਦਨਾਮੀ ਹੋਈ ਹੈ। ਹੁਣ ਇਹਨੇ ਮਾਫ਼ੀ ਮੰਗ ਲਈ, ਇਹਨੂੰ ਮਾਫ਼ ਕਰ ਦੇ। ਅੱਛਾ ਮੈਂ ਵੀ ਤੁਹਾਨੂੰ ਗੁੱਸੇ 'ਚ ਕੁਛ ਕੁਛ ਬੋਲਦੀ ਰਹੀ, ਮੈਨੂੰ ਵੀ ਧੀਏ ਮਾਫ਼ ਕਰ ਦੇ। ਨਾਲੇ ਰਾਣੋ ਹੁਣ ਤੇਰੀ ਇਕੱਲੇ ਦੀ ਰਿਸ਼ਤੇਦਾਰ ਨਹੀਂ ਹੈਗੀ, ਸਾਡੇ ਵੀ ਰਿਸ਼ਤੇਦਾਰ ਹੈ। ਪੁੱਤ ਰਾਣੋ ਹੁਣ ਐਂ ਕਰ, ਹੁਣ ਤੂੰ 2-4 ਦਿਨ ਨਹੀਂ, ਹੁਣ ਤੂੰ ਸਾਡੇ ਕੋਲ 2 ਮਹੀਨੇ ਰਹਿ। ਨਾਲੇ ਤਾਂ ਕੋਈ ਕੰਮ ਨਹੀਂ ਕਰਨਾ, ਕੰਮ ਸਾਰਾ ਅਸੀਂ ਸੱਸ ਨੂੰ ਕਰਾਂਗੇ, ਤੂੰ ਬਹਿ ਕੇ ਆਰਾਮ ਨਾਲ ਆਪਣਾ ਮੌਜ ਕਰ। ਅੱਛਾ ਨਹੀਂ ਮਾਸੀ ਜੀ, ਮੇਰੀ ਪੜ੍ਹਾਈ ਵੀ ਰੁਕ ਜੂਗੀ, ਮੈਨੂੰ ਜਾਣਾ ਪੈਣਾ। ਨਹੀਂ ਨਹੀਂ, 1 ਮਹੀਨਾ ਤਾਂ ਤੈਨੂੰ ਰਹਿਣਾ ਪੈਣਾ, ਤੇਰੀ ਭੈਣ ਦਾ ਘਰ ਹੈ। ਕਿਉਂ ਕਰਮਜੀਤ? ਹੋਰ ਮੈਂ ਤਾਂ ਆਪੇ ਕਹਿ ਰਹੀ ਹਾਂ ਕਿ ਮੰਮੀ ਵੀ ਰਹਿ। ਹਾਂ ਰਹਿ, ਮੈਂ ਕਰੋ ਠੀਕ ਹੈ, ਉਹ ਰਹਿ ਜੂਗੀ, ਇੱਥੇ ਗੱਲਾਂ ਮਾਰੋਗੇ, ਅੰਦਰ ਆ ਜਾਓ, ਚਾਹ ਪਾਣੀ ਪੀਨੇ ਆ ਜਾਓ। ਹਾਂ ਹਾਂ ਪੁੱਤ, ਹਾਂ ਪੁੱਤ।